परिवार नूं डराया धमकाया गया, परिवार रोया पिटिया मेरे अगे भी असीं मर जांगे, सानू मार देणगे। इत्थे तक मैनूं कहना पिया भी सारा परिवार जे खत्म हो जाए मैं तां वी नहीं उतरदा। किवें मैं आपदा अंदर पाड़ के दिखावां? मैं हनुमान तां है नहीं, मैं छाती पाड़ के दिखावां। जे कमांडो वाले जां कोई भी कोशिश करूगा उत्ते आउण दी मैनू चक के ले जाण दी, तां आपदे घरे सत श्री अकाल बुला के आवे। मैं तां मौत कबूल करके बैठे ही हां। मन्निया वी प्यौआं दी बेअदबी होवे ओहदी पग लाहे कोई, फिर तुसीं घरे बहि जाणे हो, फिर अगले दा कतल करन तक जाणे हो। गुरु साहब नूं अपना पिता कहिंदे ने, पर आपदे पिता वास्ते इह कख दा उपराला नहीं करिया इन्हां ने। जे करिया गोंगलुआं तों मिट्टी झाड़ी है, जे करिया मोर्चे लाए ने, बेचे ने, भजे ने मोर्चिआं दे विच्चों। तुहानूं कोई सवाल कड़ी बंदे ने खड़े करने भी टावर ते चढ़ गया जी, ਇਹ ਕਾਨੂੰਨ ਐ ਥੋੜੀ ਬਣਦੇ ਹੁੰਦੇ ਆ। ਕਈ ਬੰਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਲਿਖ ਵੀ ਰਹੇ ਆ। ਇਹ ਇੱਕ ਸਭ ਤੋਂ ਵਧੀਆ ਤਰੀਕਾ ਹੈ, ਉੱਚੀ ਜਗ੍ਹਾ ਤੇ ਬੈਠ ਕੇ ਮੈਂ ਆਪਣੀ ਆਵਾਮ ਨੂੰ ਇੱਕ ਜਗਾ ਸਕਦਾ, ਤੇ ਜੇ ਇਹ ਸਰਕਾਰਾਂ ਕਾਨੂੰਨ ਨਹੀਂ ਬਣਾਉਂਦੀਆਂ ਤਾਂ ਵਰਲਡ ਤੱਕ ਇਹਨਾਂ ਦੇ ਚਿਹਰੇ ਨੰਗੇ ਹੋਣਗੇ। ਕੀ ਬੰਦਾ ਬੜਾ ਮੈਂ ਇਸ ਤਰਫੋਂ ਬੜਾ ਬਾਈ ਜੀ ਮੈਂ ਤਿੱਖਾ ਚੱਲ ਰਿਹਾ, ਰਾਤ ਨੂੰ ਮੈਂ ਸਾਰੀ ਰਾਤ ਸੌਂਦਾ ਨਹੀਂ, ਮੈਂ ਦਿਨ 'ਚ 4 ਘੰਟੇ ਨੀਂਦ ਆਪਦੀ ਪੂਰੀ ਕਰਦਾ। ਆਹ ਐਂਗਲ ਲੱਗੇ ਹੋਏ ਨੇ, ਇਹ ਤੋਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ। 2 ਫੁੱਟ ਚੌੜੀ ਹੈ ਤੇ 6.5 ਫੁੱਟ ਲੰਮੀ ਆ ਜਿਹੜੀ ਜਗ੍ਹਾ ਦੇ ਵਿੱਚ ਮੈਂ ਬੈਠਿਆ, ਮੈਨੂੰ ਖੜਾ ਹੋਣਾ ਵੀ ਉਰੇ ਬਹੁਤ ਮੁਸ਼ਕਲ ਹੈ। ਬੜੀ ਖਤਰਨਾਕ ਜੀ ਸਥਿਤੀ ਆ, ਕਿਉਂਕਿ 2 ਫੁੱਟ ਜਗ੍ਹਾ ਤੁਹਾਡੇ ਕੋਲੇ, 400 ਫੁੱਟ ਉੱਚਾ ਤੁਸੀਂ ਸਿਰਫ 2 ਫੁੱਟ ਤੇ ਲੇਟੇ ਹੋਏ ਹੋ। ਮਤਲਬ ਬੰਦਾ ਇੱਕ ਇੱਦਾਂ ਨੂੰ ਅੰਗੜਾਈ ਵੀ ਨਹੀਂ ਲੈ ਸਕਦਾ ਪਾਸਾ ਲੈ ਕੇ ਪੈਣ ਦੇ। ਜਿਹੜੀ ਇਹਦੀ ਵਾਈਬ੍ਰੇਸ਼ਨ ਹੈ ਇਹ ਹਲਦਾ ਪਤਾ ਕਿੰਨਾ ਜਸਵੀਰ ਬਾਈ, ਇਹ ਐਂ ਝੂਲਦਾ ਗੋਲ ਗੋਲ ਹਲਦਾ ਗੋਲ ਪੂਰੇ ਦਾ ਪੂਰਾ। ਹਵਾ 150 ਦੀ ਸਪੀਡ ਤੇ ਚੱਲਦੀ ਹੈ ਰਾਤ ਨੂੰ, ਦੇਖੋ ਕਿੰਨੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ। 100 ਤੋਂ ਉੱਤੇ ਸਪੀਡ ਹੈ ਹਵਾ ਦੀ ਅੱਜ। ਆਹ ਦੇਖੋ ਕਿਆ ਨਜ਼ਾਰੇ ਆ ਰਹੇ, ਦੇਖੋ ਪੜਤਾਲ ਕਿਵੇਂ ਫੜ ਫੜ ਕਰ ਰਹੀ ਹੈ, ਕਿਵੇਂ ਡਰਾ ਰਹੀ ਹੈ, ਇਹ ਸਿੰਘਾਂ ਨੂੰ ਡਰਾਉਂਦੀ ਹੈ ਵੀ ਹਾਂ ਸਿੰਘਾਂ ਡਰ ਜਾ। ਫਿਰ ਕੀ ਪਤਾ ਇਹ ਕਲਗੀਧਰ ਪਾਤਸ਼ਾਹ ਦੇ ਬੱਚੇ ਨੇ, ਇਹ ਨਹੀਂ ਡਰਾ ਸਕਦੀ ਭਾਈ ਲਿਜਾ। ਤੁਹਾਡੇ 'ਤੇ ਭਰੋਸਾ ਸਿੱਖ ਕਿਉਂ ਕਰ? ਮੈਂ ਅੱਕ ਕੇ ਇਸ ਟਾਵਰ ਤੇ ਚੜਿਆ, ਜੇ ਤੁਸੀਂ ਨਹੀਂ ਭਰੋਸਾ ਕਰਨਾ ਤਾਂ 16 ਤਰੀਕ ਨੂੰ ਮੇਰਾ ਵੀਰ ਉਰੇ ਜ਼ਰੂਰ ਦੇਖ ਲਿਓ, 12 ਵਜੇ ਗੱਜ ਕੇ ਜਾਊਂਗਾ, ਇਸ ਸੰਸਾਰ ਤੇ ਖੂਨ ਦੇ ਛਿੱਟੇ ਪਾ ਕੇ ਜਾਊਂਗਾ। ਜੇ ਸਰਕਾਰ ਉਦੋਂ ਤੱਕ ਤੁਹਾਡੀ ਗੱਲ ਨਹੀਂ ਮੰਨਦੀ ਤਾਂ ਤੁਹਾਡਾ ਕੀ ਫੈਸਲਾ? ਤੁਸੀਂ ਕਿਹਾ ਹੋਇਆ ਲੋਕਾਂ ਨੂੰ, ਜੇ ਤੁਸੀਂ 5 ਤਰੀਕ ਤੱਕ ਸਾਥ ਨਹੀਂ ਦਿੰਦੇ, ਕਾਨੂੰਨ ਨਹੀਂ ਬਣਾਉਂਦੇ, ਤਾਂ ਮੈਂ 6 ਤਰੀਕ ਨੂੰ 12 ਵਜੇ ਜਗਾਰੇ ਛੱਡ ਕੇ ਚੜ੍ਹਦੀ ਕਲਾ ਦੇ ਨਾਲ ਮੈਂ ਆਪਣੇ ਸਰੀਰ ਨੂੰ ਖਤਮ ਕਰੂੰਗਾ। ਉਹ ਮੇਰੀ ਇਹ ਸੋਚ ਹੈ ਵੀ ਕੀ ਪਤਾ ਯਾਰ ਮੇਰੇ ਖੂਨ ਡੁੱਲੇ, ਤੁਸੀਂ ਖੜੇ ਹੋ ਜਾਣ ਲੋਕ। ਮੰਨ ਕੀ ਮੰਨੋ ਸਰਕਾਰ ਤੁਹਾਡੇ ਕੋਲ ਕੱਲ ਨੂੰ ਆ ਜਾਏ, ਉਸ ਤੋਂ ਪਹਿਲਾਂ ਸਰਕਾਰ ਨੂੰ ਦੱਸੋ ਜੀ ਕੀ ਗੁਰਜੀਤ ਸਿੰਘ ਤੁਸੀਂ ਮੰਗ ਕਰਦੇ, ਕੀ ਕਾਨੂੰਨ ਬਣਨਾ ਚਾਹੀਦਾ? ਮੈਂ ਤਾਂ ਇਹ ਚਾਹੁੰਦਾ ਵੀ ਫਾਂਸੀ ਦੀ ਸਜ਼ਾ ਹੋਵੇ, ਜੇ ਫਾਂਸੀ ਦੀ ਨਹੀਂ ਹੋ ਸਕਦੀ ਉਮਰ ਕੈਦ ਤਾਂ ਘੱਟ ਤੋਂ ਘੱਟ ਹੋਵੇ ਯਾਰ ਬੰਦੇ ਨੂੰ, ਓਏ ਘੱਟ ਤੋਂ ਘੱਟ ਉਹ ਸਜ਼ਾ ਤੋਂ ਡਰਦਾ ਮਾਰਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਂ ਨੇੜੇ ਲੱਗੇ, ਉਹ ਨਾ ਕਿਸੇ ਧਰਮ ਗ੍ਰੰਥ ਦੇ ਨੇੜੇ ਲੱਗੇ ਯਾਰ, ਨਾ ਬੇਅਦਬੀ ਹੋਵੇ। ਇਹਨਾਂ ਸਾਰੇ ਜਥੇਦਾਰਾਂ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕੀ ਤੁਹਾਡਾ ਸੁਨੇਹਾ? ਮੈਂ ਆ ਦੇਖੋ ਹੱਥ ਜੋੜ ਕੇ ਬੇਨਤੀ ਕਰਦਾ ਆਪਦੇ ਕੌਮ ਦੇ ਸਿੱਖਾਂ ਨੂੰ, ਉਹ ਭਾਈ ਗੁਰੂ ਦੀ ਬੇਅਦਬੀ ਰੋਕ ਲਓ, ਏ ਮੈਂ ਹੱਥ ਜੋੜਦਾ ਤੁਹਾਡੇ। ਨਿਮਰਤ ਬਣ ਕੇ ਨਿਮਰਤ, ਗੁਰੂ ਸਾਹਿਬ ਨੇ ਨਹੀਂ ਆਪਾਂ ਨੂੰ ਇਹ ਹੁਕਮ ਕਰਿਆ? ਗੁਰੂ ਸਾਹਿਬ ਨੇ ਕਿਹਾ ਤੁਹਾਡਾ ਖਾਣਾ ਪੀਣਾ ਹਰਾਮ ਹੈ, ਜੇ ਗੁਰੂ ਦੀ ਕੋਈ ਬੇਅਦਬੀ ਕਰਦਾ ਉਹਨੂੰ ਥਾਂ ਤੇ ਝਟਕਾ ਦਿਓ। ਭਾਰਤ ਦੁਨੀਆ ਦੇ ਵੱਡੇ ਲੋਕਤੰਤਰਿਕ ਮੁਲਕਾਂ ਦੇ ਵਿੱਚੋਂ ਅਖਵਾਉਣ ਵਾਲਾ ਕਹਾਉਣ ਵਾਲਾ ਇੱਕ ਮੁਲਕ ਹੈ, ਤੇ ਭਾਰਤ ਦੇ ਵਿੱਚ ਹੋ ਰਹੇ ਗੁਨਾਹਾਂ, ਹੋ ਰਹੇ ਝਗੜਿਆਂ ਦਾ ਜਿਹੜਾ ਨਿਵਾਰਨ ਹੈ, ਝਗੜਿਆਂ ਦੀ ਜਿਹੜੀਆਂ ਮਸਲਿਆਂ ਦਾ ਹੱਲ ਹੈ, ਉਹ ਕਾਨੂੰਨ ਤਹਿਤ ਕੀਤਾ ਜਾਂਦਾ, ਇਹ ਕਿਹਾ ਜਾਂਦਾ। ਤਾਂ ਭਾਰਤ ਦੇ ਵਿੱਚ ਵੱਸਦੀ ਇੱਕ ਬਹਾਦਰ ਸਿੱਖ ਕੌਮ ਦਾ ਜਿਹੜਾ ਕਿ ਰੋਸ ਹੈ ਕਿ ਉਹਨਾਂ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਲੈ ਕੇ ਸਖ਼ਤ ਕਾਨੂੰਨ ਜਿਹੜਾ ਬਣਨਾ ਚਾਹੀਦਾ, ਇਸੇ ਮੰਗ ਨੂੰ ਲੈ ਕੇ ਪਿਛਲੇ 20 ਦਿਨ ਤੋਂ ਵੱਧ ਜਿਹੜਾ ਹੋ ਗਿਆ, ਸਮਾਣਾ ਦੇ ਵਿੱਚ ਇੱਕ ਸਿੱਖ ਫੌਜੀ ਜਿਹੜੇ ਗੁਰਜੀਤ ਸਿੰਘ ਇੱਕ ਟਾਵਰ ਦੇ ਉੱਤੇ ਚੜੇ ਹੋਏ ਹੈ, ਉਹ ਟਾਵਰ ਦੀ ਉਚਾਈ 65 ਫੁੱਟ ਹੈ, ਉਹ ਬੜੀ ਖਤਰਨਾਕ ਜਿਹੀ ਸਥਿਤੀ ਦੇ ਵਿੱਚ ਉਹ ਬੈਠੇ ਹੋਏ ਨੇ, ਉਹ ਮੰਗ ਕਰ ਰਹੇ ਨੇ ਕਿ ਬੇਅਦਬੀ ਦੇ ਲਈ ਸਖ਼ਤ ਕਾਨੂੰਨ ਬਣਨ। ਅਸੀਂ ਉਹਨਾਂ ਦੇ ਨਾਲ ਲਾਈਵ ਜਿਹੜੀ ਹੈਗੀ ਹੈ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਹਾਂ, ਤੁਹਾਡੇ ਨਾਲ ਉਹਨਾਂ ਨੂੰ ਮਿਲਾਵਾਂਗੇ, ਉਹ ਇਸ ਵਕਤ ਵੀ ਉਸ ਟਾਵਰ ਦੇ ਉੱਤੇ ਸਮਾਣਾ ਦੇ ਵਿੱਚ ਜਿਹੜਾ ਉਹ ਬੈਠੇ ਹੋਏ ਨੇ, ਅਸੀਂ ਗੱਲਬਾਤ ਕਰਾਂਗੇ ਜੀ। ਹਾਂਜੀ, ਜੋੜ ਦਿਓ ਜੀ ਗੁਰਜੀਤ ਸਿੰਘ ਹੁਣਾਂ ਨਾਲ ਸਾਨੂੰ। ਗੁਰਜੀਤ ਸਿੰਘ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ ਜੀ, ਆ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੁਰਜੀਤ ਸਿੰਘ ਜੀ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਗੱਲਬਾਤ ਸ਼ੁਰੂ ਕੀਤੀ ਕਿ ਦੁਨੀਆਂ ਦੇ ਸਭ ਤੋਂ ਜਿਹੜੇ ਵੱਡੇ ਬਹੁ ਗਿਣਤੀ ਮੁਲਕ ਹੈ ਬਹੁ ਗਿਣਤੀ ਆਬਾਦੀ ਵਾਲੇ ਮੁਲਕ ਹੈ ਜਿਨ੍ਹਾਂ 'ਚ ਭਾਰਤ ਆਉਂਦਾ ਔਰ ਇੱਥੇ ਇਹ ਆ ਵੀ ਇਹ ਲੋਕਤੰਤਰਿਕ ਮੁਲਕ ਹੈ ਇੱਥੇ ਜੇ ਕੋਈ ਬੰਦਾ ਕੋਈ ਗੁਨਾਹ ਜਾਂ ਕੋਈ ਜਿਹੜਾ ਹੈਗਾ ਗਲਤੀ ਕਰਦਾ ਤਾਂ ਉਹਨੂੰ ਇੱਥੋਂ ਦੇ ਕਾਨੂੰਨ ਸੰਵਿਧਾਨ ਮੁਤਾਬਕ ਸਜ਼ਾ ਦਿੱਤੀ ਜਾਂਦੀ ਹੈ ਕਾਨੂੰਨ ਰਾਜ ਕਿਹਾ ਜਾਂਦਾ ਇੱਥੇ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਸਿੱਖਾਂ ਦਾ ਇਹ ਰੋਸ ਪਿਛਲੇ ਕਾਫੀ ਲੰਬੇ ਸਮੇਂ ਤੋਂ ਵੀ ਸਾਡੇ ਇਸ਼ਟ ਸਾਡੇ ਧਰਮ ਗ੍ਰੰਥ ਦੀ ਜਿਹੜੀ ਬੇਅਦਬੀ ਹੋ ਰਹੀ ਹੈ ਇੱਥੇ ਉਹਨੂੰ ਲੈ ਕੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਪਰ ਤਾਂ ਤੁਹਾਡਾ ਇੱਥੇ ਜਦੋਂ ਮੀਡੀਆ ਦੇ ਵਿੱਚ ਸੁਣਿਆ ਅਸੀਂ ਵੀ ਇੱਕ ਸਿੱਖ ਵਿਅਕਤੀ ਜਿਹੜਾ ਹੈ ਉਸ ਟਾਵਰ ਦੇ ਉੱਤੇ ਚੜਿਆ ਹੋਇਆ ਸਭ ਤੋਂ ਪਹਿਲਾਂ ਥੋੜੀ ਜਿਹੀ ਆਪਣੇ ਬਾਰੇ ਜਾਣਕਾਰੀ ਦੇ ਦਿਓ ਫਿਰ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਾਂਗੇ ਵੀ ਤੁਸੀਂ ਕੌਣ ਹੋ ਕੀ ਤੁਹਾਡੀ ਪਹਿਚਾਣ ਹੈ ਕਦੋਂ ਤੋਂ ਤੁਸੀਂ ਇਸ ਟਾਵਰ ਤੇ ਚੜੇ ਹੋ ਤੁਹਾਡੀ ਹੁਣ ਮੰਗ ਕੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜੀਤ ਸਿੰਘ ਖਾਲਸਾ ਪਿੰਡ ਖੇੜੀ ਨਗਾਈਆ ਡਿਸਟ੍ਰਿਕਟ ਪਟਿਆਲਾ ਠੀਕ ਹੈ ਜੀ ਜ਼ਿਲ੍ਹਾ ਮੈਨੂੰ ਪਟਿਆਲਾ ਪੈਂਦਾ ਇਹ ਤਹਿਸੀਲ ਸਮਾਣਾ ਪੈਂਦੀ ਹੈ ਜੀ ਤੇ ਬਾਈ ਜੀ ਕਾਫੀ ਲੰਮੇ ਸਮੇਂ ਤੋਂ 2015 12 ਅਕਤੂਬਰ 2015 ਤੋਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਰੀ ਹੋਈ ਸੀ 12 ਅਕਤੂਬਰ 2015 ਬਰਗਾੜੀ ਦੇ ਵਿੱਚ ਜੀ 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 ਤੇ ਬਾਈ ਜੀ 9 ਸਾਲ ਪੂਰੇ ਹੋ ਕੇ 10ਵਾਂ ਸਾਲ ਸਟਾਰਟ ਹੋ ਗਿਆ 12 ਤਰੀਕ ਤੋਂ ਮੈਂ ਉਸ 12 ਤਰੀਕ ਨੂੰ ਮੁੱਖ ਰੱਖਦੇ ਹੋਏ 11 ਤਰੀਕ ਰਾਤ ਤੇ ਅੰਮ੍ਰਿਤ ਵੇਲਾ 12 ਤਰੀਕ ਹੋ ਚੁੱਕੀ ਸੀ ਜਦੋਂ ਮੈਂ ਟਾਵਰ ਤੇ ਚੜਿਆ ਜਿਹੜਾ ਮੇਰਾ ਆਪਦਾ ਪਹਿਚਾਣ ਹੈ ਤਾਂ ਮੈਂ ਇੱਕ ਖੇਤੀਬਾੜੀ ਕਰਨ ਵਾਲਾ ਆਮ ਕਿਸਾਨ ਹਾਂ ਪਰ ਮੈਂ ਸਿੱਖ ਦਰਦੀ ਹਾਂ ਜਿੱਥੇ ਵੀ ਕਿਸੇ ਮੇਰੇ ਸਿੱਖ ਭਾਈ ਨਾਲ ਧੱਕਾ ਹੁੰਦਾ ਤਾਂ ਮੈਂ ਉੱਥੇ ਜ਼ਰੂਰ ਪਹੁੰਚਦਾ ਜਿਵੇਂ ਭਾਈ ਅੰਮ੍ਰਿਤਪਾਲ ਨੂੰ ਭੈੜੀਆਂ ਸਰਕਾਰਾਂ ਨੇ ਚੱਕ ਕੇ ਡਿਬੜੂਗੜ੍ਹ ਠੋਕਿਆ ਤਾਂ ਉਹਨਾਂ ਦੇ ਪਰਿਵਾਰ ਨੇ ਤੇ ਭਾਈ ਅੰਮ੍ਰਿਤਪਾਲ ਨੇ ਭੁੱਖ ਹੜਤਾਲ ਦਾ ਮੋਰਚਾ ਲਾਇਆ ਸੀ ਅੰਮ੍ਰਿਤਸਰ ਮੈਂ ਉੱਥੇ ਵੀ ਲਗਾਤਾਰ ਉਸ ਮੋਰਚੇ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਮੈਂ ਆਪਣਾ ਡੇਲੀ ਸਪੀਚ ਵੀ ਦਿੰਦਾ ਰਿਹਾ ਉੱਥੇ ਉਸ ਤੋਂ ਬਾਅਦ ਬਾਈ ਜੀ ਮੈਂ ਵੋਟਾਂ ਦੇ ਵਿੱਚ ਜਦੋਂ ਭਾਈ ਸਾਹਿਬ ਨੂੰ MP ਦੇ ਚੋਣ ਲੜਾਏ ਨੇ ਤਾਂ ਮੈਂ ਆਪਣੀ ਗੱਡੀ ਲੈ ਕੇ 1 ਮਹੀਨਾ ਮੈਂ ਚੋਣ ਪ੍ਰਚਾਰ ਵੀ ਕੀਤਾ ਭਾਈ ਅੰਮ੍ਰਿਤਪਾਲ ਦਾ ਤੇ ਲਾਸਟ ਦਾ 4-5 ਦਿਨ ਭਾਈ ਸਰਬਜੀਤ ਦਾ ਵੀ ਕਰਿਆ ਹੈਲੋ ਜੀ ਜੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਤੇ ਬਾਈ ਜੀ ਉਸ ਤੋਂ ਬਾਅਦ ਜਦੋਂ ਵੀ ਆਪਣੀ ਕਿਤੇ ਵੀ ਬੇਅਦਬੀ ਹੁੰਦੀ ਸੀ ਅਸੀਂ ਉੱਥੇ ਹੀ ਪਹੁੰਚਦੇ ਸੀ ਲੇਕਿਨ ਐਡੀ ਨਾ ਮੋਸ਼ੀ ਦੀ ਗੱਲ ਹੈ ਬਾਈ ਜੀ ਜਦੋਂ ਵੀ ਕਿਤੇ ਵੀ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਆਪਾਂ 2 ਦਿਨ ਧਰਨਾ ਲਾਇਆ ਉਦੋਂ ਮੁੜ ਕੇ ਆਪਾਂ ਚੱਕ ਦਿੰਦੇ ਹਾਂ ਫਿਰ ਕਬੂਤਰ ਵਾਂਗੂ ਅੱਖਾਂ ਮੀਚ ਕੇ ਆਪਣੀ ਕੌਮ ਘਰਾਂ ਦੇ ਵਿੱਚ ਬਹਿ ਜਾਂਦੀ ਹੈ ਜਿੰਨੇ ਵੀ ਬਾਬੇ ਨੇ ਆਪਣੇ ਸੰਪਰਦਾਵਾਂ ਨੇ ਆਪਣੀਆਂ ਟਕਸਾਲਾਂ ਨੇ ਆਪਣੀ SGPC ਆਪਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ 9 ਸਾਲ ਦੇ ਵਿੱਚ ਕੋਈ ਐਸਾ ਉਪਰਾਲਾ ਨਹੀਂ ਕੀਤਾ ਵੀ ਜਿਹੜਾ ਸਖ਼ਤ ਕਾਨੂੰਨ ਬਣ ਜੇ ਤੇ ਗੁਰੂ ਮਹਾਰਾਜ ਦੀ ਬੇਅਦਬੀ ਰੁਕ ਜੇ ਚਲੋ ਮੈਂ ਆਪਣਾ ਵਿਚਾਰ ਵਟਾਂਦਰਾ ਬਾਈ ਜੀ ਕਰਦਾ ਰਿਹਾ ਕਾਫੀ ਲੰਮੇ ਸਮੇਂ ਤੋਂ 5-7 ਸਾਲ ਤੋਂ ਮੈਂ ਪਹਿਲਾਂ ਦਾ ਇਸ ਵਿਚਾਰ ਦੇ ਵਿੱਚ ਸੀ ਵੀ ਬੇਅਦਬੀ ਰੁਕੇ ਚਾਹੇ ਉਹਦੇ ਪਿੱਛੇ ਆਪਾਂ ਨੂੰ ਜਾਨ ਦੇਣੀ ਪਵੇ ਆਪਾਂ ਪਿੱਛੇ ਨਹੀਂ ਹਟਣਾ ਕਿਉਂਕਿ ਗੁਰੂ ਦਾ ਸਤਿਕਾਰ ਆਪਣੇ ਸਿਰਾਂ ਦੀਆਂ ਲੈਣਾ ਲੱਗ ਜਾਣਾ ਤਾਂ ਵੀ ਕੋਈ ਪਰਵਾਹ ਨਹੀਂ ਪਰ ਗੁਰੂ ਦਾ ਸਤਿਕਾਰ ਬਹਾਲ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਨਾਲ ਇਹ ਆਪਣੀ ਪੱਗ ਸਿਰ ਦੀ ਪੱਗ ਉੱਚੀ ਹੈ ਰੱਖਦੇ ਹੋਏ ਹੈਲੋ ਆ ਰਹੀ ਹੈ ਜੀ ਤੁਹਾਡੀ ਆਵਾਜ਼ ਚੜ੍ਹ ਗਈ ਜੀ ਜੀ ਉਹ ਫੋਨ ਆ ਗਿਆ ਸੀ ਵਿੱਚ ਮੈਂ ਕੱਟਤਾ ਤੇ ਜੀ ਜੀ ਉਸ ਤੋਂ ਬਾਅਦ ਬਾਈ ਜੀ ਮਤਲਬ ਜਦੋਂ ਕਿਸੇ ਵੀ ਬਾਬੇ ਨਾਲ ਜਾਂ ਕਿਸੇ ਵੀ ਸੰਤ ਨਾਲ ਮੈਂ ਗੱਲ ਕਰਨੀ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਵਾਰ ਵਾਰ ਬੇਅਦਬੀ ਹੋ ਰਹੀ ਹੈ ਤੇ ਆਪਾਂ ਕੋਈ ਨਾ ਕੋਈ ਉਪਰਾਲਾ ਕਰੀਏ ਤਾਂ ਉਹਨਾਂ ਦੇ ਮੂੰਹ ਦੀ ਜ਼ਬਾਨ ਇਹ ਹੁੰਦੀ ਸੀ ਵੀ ਭਾਈ ਸਾਹਿਬ ਕੋਈ ਉਪਰਾਲਾ ਕਰਨ ਨੂੰ ਤਿਆਰ ਨਹੀਂ ਕੋਈ ਅੱਗੇ ਲੱਗਣ ਨੂੰ ਤਿਆਰ ਨਹੀਂ ਮਹਾਂ ਜੀ ਕਿਸੇ ਨਾ ਕਿਸੇ ਨੂੰ ਉਪਰਾਲਾ ਕਰਨਾ ਪੈਣਾ ਕੌਮ ਆਪਣੀ ਸਾਰੀ ਉਹ ਦਰਦ ਦੇ ਵਿੱਚ ਹੈ ਵੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਹੈ ਤਾਂ ਕੌਮ ਸਾਥ ਦਊਗੀ ਤਾਂ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਲੇਕਿਨ ਬਾਈ ਜੀ ਕਿਸੇ ਨੇ ਮੇਰੀ ਸੁਣੀ ਨਹੀਂ
ਤਾਂ ਜਦੋਂ ਇਹ 12 ਅਕਤੂਬਰ ਜਿਵੇਂ ਜਿਵੇਂ ਵੀ ਨੇੜੇ ਆ ਰਹੀ ਸੀ ਤਾਂ ਮੇਰੇ ਅੰਦਰ ਦਰਦ ਬੜਾ ਖਤਰਨਾਕ ਸੀ ਵੀ ਇਹ 12 ਅਕਤੂਬਰ ਫੇਰ ਆ ਰਹੀ ਹੈ। ਇੱਕ ਜਲੰਧਰ ਸਾਈਡ ਗੁਰੂ ਗ੍ਰੰਥ ਸਾਹਿਬ ਦੇ ਪਿਸ਼ਾਬ ਹੀ ਕਰਾਤਾ ਯਾਰ, ਇਦੋਂ ਆਪਾਂ ਨੱਕੜ ਬੋ ਕੇ ਨਾ ਮਰ ਜਾਈਏ, ਜੇ ਇੰਨੇ ਖਤਰਨਾਕ ਤਰੀਕੇ ਨਾਲ ਆਪਣੇ ਗੁਰੂ ਦੀ ਬੇਅਦਬੀ ਹੋਣ ਲੱਗ ਗਈ, ਆਪਾਂ ਸਿੱਖ ਫਿਰ ਵੀ ਸੁੱਤੇ ਪਿਆ। ਤਾਂ ਬਾਈ ਜੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ, ਤਾਂ ਮੈਂ ਆਪਦੇ ਪਰਿਵਾਰ ਨੂੰ, ਮੇਰੇ ਨੂੰ ਉਹ ਗੱਲ ਬਾਰੇ ਪਤਾ, ਮੈਂ ਕੰਧਾਂ ਨੂੰ ਟੱਕਰਾਂ ਤੱਕ ਮਾਰੀਆਂ ਨੇ ਵੀ ਮੇਰੇ ਸੱਚੇ ਪਾਤਸ਼ਾਹ ਮੈਂ ਨਹੀਂ ਰਹਿ ਸਕਦਾ ਇਸ ਗੰਦੀ ਦੁਨੀਆਂ ਦੇ ਵਿੱਚ ਜਿੱਥੇ ਗੁਰੂ ਦਾ ਸਤਿਕਾਰ ਹੀ ਨਹੀਂ। ਸੋ ਜਿਹੜੇ ਸਿੱਖ ਆਪਣੇ ਆਪ ਨੂੰ ਕਹਾਉਂਦੇ ਨੇ ਉਹ ਸੁੱਤੇ ਪਏ ਨੇ ਬਾਈ ਜੀ। ਤਾਂ ਮੈਂ ਉਸ ਰੋਸ ਨੂੰ ਜ਼ਾਹਰ ਕਰਦਾ ਹੋਇਆ ਆਪਣੇ ਅੰਦਰ ਦੀ ਜਿਹੜੀ ਗੱਠ ਸੀ ਉਹ ਮੈਂ ਗੜੀ ਸਾਹਿਬ ਗੁਰਦੁਆਰਾ ਸਾਡੇ ਨੇੜੇ ਪੈਂਦਾ ਇੱਥੇ ਸਮਾਣੇ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਚਰਨ ਛੋਹ ਧਰਤੀ ਹੈ, ਮੈਂ ਉੱਤੇ ਗਿਆ ਤੇ ਗੁਰੂ ਸਾਹਿਬ ਦਾ ਹੁਕਮ ਲਿਆ ਤੇ ਹੁਕਮਨਾਮਾ ਸਾਹਿਬ ਮੈਨੂੰ ਜਾਰੀ ਹੋਇਆ ਬੜਾ ਸਖ਼ਤ ਵੀ ਪੁੱਤਰਾ ਕਿਸੇ ਨੂੰ ਡੀਕਣ ਦੀ ਲੋੜ ਨਹੀਂ, ਇੱਥੇ ਮਰਨ ਕਬੂਲ ਕਰਕੇ ਤੇ ਜੀਵਨ ਦੀ ਆਸ ਛੱਡ ਕੇ ਤਾਂ ਆਪਦਾ ਨਿਯਮ ਸਿੱਧਾ ਕਰ ਲੈ, ਜੋ ਤੇਰੀ ਸੋਚ ਹੈ ਉਹਨੂੰ ਤੂੰ ਸਿੱਧੀ ਕਰ ਲੈ, ਤਾਂ ਫਿਰ ਥਾਪੜਾ ਮੇਰਾ ਤੇ ਤੇਤੋਂ ਕਰਾਉਣਾ। ਤਾਂ ਬਾਈ ਜੀ ਜਦੋਂ ਇਸ ਟਾਵਰ ਤੇ ਚੜਿਆ, 400 ਫੁੱਟ ਪਲੱਸ ਟਾਵਰ ਹੈ, 400 ਫੁੱਟ ਉੱਚਾ ਟਾਵਰ ਹੈ, ਤੁਸੀਂ ਬੈਠੇ ਹੋ 400 ਫੁੱਟ ਤੋਂ ਉੱਚਾ ਜੀ, ਮਤਲਬ ਘੱਟ ਨਹੀਂ ਹੈਗਾ। ਤੇ ਜਿਹੜੇ ਨਾਲ ਦੇ ਸਿੰਘ ਸੀ ਮੇਰੇ, ਇੱਕ ਸਿੰਘ ਮੇਰੇ ਨਾਲ ਪਹਿਲੇ ਦਿਨ ਮੇਰੀ ਮਦਦ ਕਰਨ ਵਾਸਤੇ ਚੜਿਆ, ਰਜਿੰਦਰ ਸਿੰਘ ਛੰਨਾ ਖਾਲਸਾ ਆਪਣਾ, ਤੇ ਉਹ ਮੈਨੂੰ ਕਹਿੰਦੇ ਵੀ ਇਹ ਟਾਵਰ ਤੇ ਖਾਲਸਾ ਜੀ ਚੜਿਆ ਨਹੀਂ ਜਾਣਾ, ਉੱਚਾ ਬਹੁਤ ਜ਼ਿਆਦਾ ਹੈ, ਵੀ ਇਹਦੀ ਚੜਾਈ ਵੀ ਸਿੱਧੀ ਨੱਕ ਦੀ ਸੇਧ ਹੈ, ਵੀ ਤੁਹਾਡਾ ਸਰੀਰ ਭਾਰੀ ਹੈ, ਮੇਰਾ 1.25 ਕੁਇੰਟਲ ਵਜਨ ਹੈ ਬਾਈ ਤੇ 6 ਫੁੱਟ ਤੋਂ ਉੱਪਰ ਮੇਰੀ ਹਾਈਟ ਹੈ। ਤੇ ਮੈਂ ਉਹਨਾਂ ਨੂੰ ਇੱਕੇ ਗੱਲ ਕਹੀ, ਮੈਂ ਦੇਖੋ ਜੀ ਜਦੋਂ ਗੁਰੂ ਦਾ ਥਾਪੜਾ ਮਿਲ ਗਿਆ ਤਾਂ ਹੁਣ ਮੈਨੂੰ ਬਣਨਾ ਪੈਣਾ ਭਾਈ 75 ਸਿੰਘ। ਤਾਂ ਜਦੋਂ ਗੁਰੂ ਦਾ ਥਾਪੜਾ ਮਿਲ ਗਿਆ ਤਾਂ ਮੈਨੂੰ ਇਹ ਟਾਵਰ ਵੀ ਕੱਟਾ ਦਿਖੂਗਾ, ਜਿਵੇਂ ਭਾਈ 75 ਸਿੰਘ ਨੂੰ ਹਾਥੀ ਕੱਟਾ ਦਿਖਿਆ ਸੀ। ਤਾਂ ਬਾਈ ਜੀ ਮੇਰੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਬਾਹਾਂ ਫੜ ਕੇ ਇਸ ਟਾਵਰ ਤੇ ਚੜ੍ਹੇ ਜੀ। ਤਾਂ ਇਹ ਤੁਸੀਂ ਜਿਹੜਾ ਹੈਗਾ ਵਿਸਥਾਰ ਚ ਜੀ, ਮੈਂ ਤੁਹਾਨੂੰ ਕੁਛ ਪੁੱਛਣਾ ਚਾਹੁੰਦਾ, ਕਿਉਂਕਿ ਵਿਸਥਾਰ ਚ ਤੁਸੀਂ ਦੱਸਤਾ ਵੀ ਕਿਵੇਂ ਤੁਹਾਡਾ ਮਨ ਬਣਿਆ, ਕਿਵੇਂ ਹੈ ਨਾ ਸਾਰਾ। ਤਾਂ ਬਿਲਕੁਲ ਵਜ੍ਹਾ ਬਣੀ ਵੀ ਤੁਸੀਂ ਟਾਵਰ ਤੇ ਚੜ੍ਹੇ, ਵੀ ਸਖ਼ਤ ਜਿਹੜੀ ਹੈਗੀ ਹੈ ਕੋਈ ਸਜ਼ਾ ਨੀ ਹੁੰਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ। ਹਾਲਾਂਕਿ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਨੇ ਉਹ ਜਿਹੜਾ ਨਿਕੋਦਰ ਕਾਂਡ ਹੁੰਦਾ ਹੈ 90 ਤੋਂ ਪਹਿਲਾਂ ਤੋਂ ਲੈ ਕੇ ਚੱਲ ਰਹੀਆਂ ਨੇ, ਪਰ ਜਿਹੜੀਆਂ ਵੱਡੀਆਂ ਘਟਨਾਵਾਂ ਚੱਲੀਆਂ ਉਹ 2015 ਜਦੋਂ ਅਕਾਲੀ ਭਾਜਪਾ ਸਰਕਾਰ ਸੀ ਪੰਜਾਬ ਦੇ ਵਿੱਚ, ਉਦੋਂ ਵੱਡੀਆਂ ਘਟਨਾਵਾਂ ਜਿਹੜੀਆਂ ਮੁੜ ਤੋਂ ਜਿਹੜੀਆਂ ਲੜੀਵਾਰ ਘਟਨਾਵਾਂ ਹੋਈਆਂ ਉਹ ਤੋਂ ਹੋਈਆਂ। ਬਿਲਕੁਲ ਵੀਰ ਜੀ, ਇਸ ਤੋਂ ਪਹਿਲਾਂ ਹੁਣ ਮੇਰੇ ਤੁਹਾਡੇ ਵੀ ਸਵਾਲ ਨੇ, ਇਸ ਤੋਂ ਪਹਿਲਾਂ ਵੀ ਸਿੱਖਾਂ ਨੇ, ਸਿੱਖ ਵਿਅਕਤੀਆਂ ਨੇ ਕੁਛ ਮੋਰਚੇ ਲਾਏ ਨੇ, ਕਿਉਂਕਿ ਤੁਹਾਨੂੰ 11-12 ਅਕਤੂਬਰ ਦੇ ਤੁਸੀਂ ਚੜੇ ਹੋਏ ਹੋ, ਅੱਜ 4-5 ਨਵੰਬਰ ਜਿਹੜੀ ਹੈ ਹੋ ਗਈ ਹੈ, ਇੰਨੇ ਦਿਨ ਹੋ ਗਏ। ਪਹਿਲਾਂ ਤਾਂ ਮੇਰਾ ਇਹ ਆ ਵੀ ਤੁਹਾਡੇ ਕੋਲ ਸਿੱਖਾਂ ਦਾ ਕੋਈ ਜਿਹੜਾ ਸਥਾਪਿਤ ਆਗੂ, ਵੱਡੀਆਂ ਸੰਸਥਾਵਾਂ ਜਿਹੜੀਆਂ ਸਿੱਖਾਂ ਦੀਆਂ ਸਿਆਸੀ ਸੰਸਥਾਵਾਂ ਜਾਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ, ਕਿਸੇ ਸਥਾਪਿਤ ਆਗੂ ਤੱਕ ਤੁਸੀਂ ਆਪਣੀ ਪਹੁੰਚ ਕੀਤੀ ਵੀ ਇਸ ਕੰਮ ਦੇ ਵਿੱਚ ਮੇਰੀ ਮਦਦ ਕਰੋ, ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੇ ਵਿੱਚ ਮਦਦ ਕਰੋ, ਕਿਉਂਕਿ ਸਾਰੇ ਦਾਵਾ ਕਰਦੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਔਰ ਅਸੀਂ ਉਹਦੀ ਖਾਤਰ ਜਿਹੜਾ ਹੈਗਾ ਸਾਰਾ ਕੁਛ ਸਾਨੂੰ ਉਹਨਾਂ ਦੇ ਦਿੱਤਾ, ਕਹਿੰਦੇ ਸਾਰੇ ਆ, ਤੇ ਅਸੀਂ ਉਹਨਾਂ ਦੇ ਸਤਿਕਾਰ ਵਾਸਤੇ ਮਤਲਬ ਜਿਹੜਾ ਹੈਗਾ ਆਪਣਾ ਜ਼ਿੰਦਗੀ ਸਾਡੀ ਉਹਨਾਂ ਨੂੰ ਸਮਰਪਿਤ ਆ, ਸਾਰੇ ਬੰਦੇ ਕਹਿੰਦੇ ਆ। ਤੁਹਾਡੇ ਤੋਂ ਕਿਸੇ ਆਗੂ ਨੇ, ਸਿੱਖ ਆਗੂ ਨੇ ਪਹੁੰਚ ਕੀਤੀ ਵੀ ਫੌਜੀ ਸਾਹਿਬ ਤੁਹਾਡੀ ਮਦਦ ਕਰਦੇ, ਤੁਸੀਂ ਆਹ ਕੰਮ ਜਿਹੜਾ ਕਰ ਰਹੇ ਹੋ, ਜਾਂ ਇਹ ਕੰਮ ਬਾਰੇ ਕਿਸੇ ਨੇ ਤੁਹਾਨੂੰ ਕਿਹਾ ਹੋਵੇ? ਦੇਖੋ ਵੀਰ ਜੀ, ਸਾਰਿਆਂ ਨੂੰ ਹੀ ਪਤਾ ਹੈ, ਮੈਂ ਵੀ ਕਈਆਂ ਨੂੰ ਫੋਨ ਕੀਤੇ ਵੀ ਦੇਖੋ ਗੁਰੂ ਦੀ ਪੱਤ ਬਚਾ ਲਓ, ਗੁਰੂ ਦਾ ਮਾਨ ਸਨਮਾਨ ਕਾਇਮ ਕਰਾ ਲਓ, ਗੁਰੂ ਉੱਪਰ ਦੀ ਆਪਾਂ ਨੂੰ ਕੁਛ ਨਹੀਂ, ਅੱਜ ਇੱਕ ਬਸ਼ਰਮਾ ਵਾਲੀ ਜ਼ਿੰਦਗੀ ਹੋਈ ਪਈ ਆ ਆਪਣੀ ਸਿੱਖਾਂ ਦੀ, ਵਰਲਡ ਦੇ ਵਿੱਚ ਆਪਣੀ ਬੇਇੱਜ਼ਤੀ ਹੋ ਰਹੀ ਆ, ਵਰਲਡ ਦੇ ਵਿੱਚ, ਇਕੱਲੇ ਭਾਰਤ ਦੇ ਵਿੱਚ ਨਹੀਂ, ਵਰਲਡ ਦੇ ਵਿੱਚ, ਵੀ ਪੰਜਾਬ ਦੇ ਸਿੱਖ ਗਏ 100, ਗੁਰੂ ਦੀ ਵਾਰ ਵਾਰ ਗੰਦੇ ਤਰੀਕਿਆਂ ਨਾਲ ਬੇਅਦਬੀ ਹੋ ਰਹੀ ਆ, ਲੇਕਿਨ ਇਹ ਕੋਈ ਉਪਰਾਲਾ ਨਹੀਂ ਕਰਦੇ। ਬਾਈ ਜੀ ਇੱਕ ਵੀ ਸਿੱਖ ਆਗੂ ਨੇ ਮੈਨੂੰ ਦਿਲਾਸਾ ਵੀ ਨਹੀਂ ਦਿੱਤਾ, 10 ਤਰੀਕ ਦਾ ਪ੍ਰਸ਼ਾਦਾ ਛਕਿਆ ਹੋਇਆ, ਤੁਸੀਂ ਆਪ ਸੋਚੋ 10 ਅਕਤੂਬਰ ਦਾ ਪ੍ਰਸ਼ਾਦਾ ਛਕਿਆ ਹੋਇਆ ਮੇਰਾ, ਮੈਨੂੰ ਕਿਸੇ ਨੇ ਅੱਜ ਤੱਕ ਇੱਕ ਦਿਲਾਸਾ ਵੀ ਨਹੀਂ ਦਿੱਤਾ ਵੀ ਭਾਈ ਅਸੀਂ ਤੇਰੇ ਨਾਲ ਆ, ਵੀ ਤੂੰ ਡੋਲੀ ਨਾ, ਮੈਂ ਇੱਕ ਗੁਰੂ ਦੇ ਓਟ ਆਸਰੇ ਨਾਲ ਇੱਥੇ ਪਾਣੀ ਦੇ ਸਿਰ ਤੇ ਟਾਈਮ ਕੱਟ ਰਿਹਾ, 24 ਘੰਟਿਆਂ ਦੇ ਵਿੱਚ 2 ਜਾਂ 3 ਬੋਤਲਾਂ ਪਾਣੀ ਦੀਆਂ ਮਿਲਦੀਆਂ ਨੇ ਮੈਨੂੰ, ਉਹ ਵੀ ਇੱਕ ਲਿਮਿਟਡ ਹੈ। 10 ਅਕਤੂਬਰ 2024 ਤੋਂ ਲੈ ਕੇ ਅੱਜ 4-5 ਨਵੰਬਰ ਜਿਹੜੀ ਹੋ ਗਈ ਹੈ, ਤਾਂ ਤੁਸੀਂ ਅੱਜ ਤੱਕ ਮੈਨੂੰ ਪ੍ਰਸ਼ਾਦਾ ਨਹੀਂ ਛਕਿਆ, ਭੁੱਖੇ ਤੇ ਹੈ ਤੁਸੀਂ ਚੜੇ ਹੋਏ? ਬਿਲਕੁਲ ਵੀਰ ਜੀ ਬਿਲਕੁਲ,
प्रशासन की ना जिम्मेवारी होंगी है, क्योंकि जरा डिस्ट्रिक्ट प्रशासन होंगे पंजाब का प्रशासन आ, भी कोई व्यक्ति अपना रोस जाहिर करता या प्रदर्शन करता तो उनकी जान माल की रक्षा करनी होंगी है। जे मान लो कोई धरना भी लाते तो उत्थे फोर्स होंगी भी कोई विरोधी बंदा जो कोई व्हीकल आ कहिंदा नुकसान ना कर जाए। तो प्रशासन ने ना कहा भी आह काम ना करो, असीं तुहाडी मंग अगे पहुंचावांगे, तुहाडी गल एक है तो तुहाडी मंग भी कानून बना दिओ, कोई वखरा तुसीं मंग नहीं रहे। प्रशासन का किवें रवैया तुहाडे नाल? देखो वीर जी, प्रशासन पहली गल तो डीएसपी सगंधा और एसडीएम है, उस तो वड्डा अफसर कोई अज आई है, अज डीसी मैडम आई है, अज जो कल कट होना है तो डीसी मैडम अच आ रही है एक दिन पहला। तुम सोच के देखो इन्ने दिन दे मैनू किसी प्रशासन के बड़े अहुदेदार ने भी दिलासा नहीं दिता, मेरे नाल टॉर्चर किया गया अज तक, टॉर्चर, पानी भी मेरा रोकया गया है, मेरा कई दिन मोबाइल भी बंद रखा गया है भी इनू पावर बैंक ना बचाओ, मेनू कपड़िया तो भी निहत्ता कराया गया, बनैण के कशहरे के रहा मैं दिन रात ठंड के, ठीक है जी, मेरे नाल बहुत शद्दत कर लिया इन्होंने भी किवे ना किवे जे थले उतरे आवे, पर मैं भाई जी ओ सिखां चो नहीं हैगा जिन्हां दे दो चेहरे ने, मेरा एक चेहरा है, जो गुरु का हुक्म है तो मैं उस अकाल पुरख नूं अपना परमात्मा मन के चलिया होया, बाजां वाले दा पुत्तां एक चेहरा है, यह मोर्चा लाया ना यह झुकूगा ना यह बिकूगा ते यह फतेह वल ही जाऊगा। ਵੀਰ ਜੀ ਮੇਰੇ ਨਾਲ ਤਾਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ, ਜੋ ਸਾਡੀ ਥੱਲੇ ਜਥੇਬੰਦੀ ਆ ਥੱਲੇ ਬੈਠੇ ਨੇ ਪੰਜ ਸੱਤ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਮੁੜ ਗਏ, ਉਹ ਕਹਿੰਦੇ ਅਸੀਂ ਤੁਹਾਡੀ ਗੱਲ ਅੱਗੇ ਮੁੱਖ ਮੰਤਰੀ ਤੱਕ ਪਹੁੰਚਾਉਣੇ ਆ। ਤੁਸੀਂ ਦੇਖੋ ਤਰਾਸਦੀ ਸਾਡੀ, ਇੰਨੇ ਦਿਨ ਹੋ ਗਏ ਮੈਨੂੰ ਚੜੇ ਨੂੰ, ਅੱਜ ਤੱਕ ਇਹਨਾਂ ਨੇ ਗੱਲ ਸਰਕਾਰ ਤੱਕ ਪਹੁੰਚਾਈ ਵੀ ਨਹੀਂ। ਗੱਲ ਤਾਂ ਦੇਖੋ ਪਹਿਲੇ ਦਿਨ ਹੀ ਪਹੁੰਚ ਜਾਂਦੀ ਹੈ, ਪਰ ਆਪਾਂ ਨੂੰ ਮੂਰਖ ਬਣਾਉਣਾ ਸ਼ੁਰੂ ਕਰਿਆ ਹੋਇਆ ਇਹਨਾਂ ਨੇ ਆਪਣੀ ਸਿੱਖ ਸੰਗਤ ਨੂੰ। ਕਾਨੂੰਨ ਬਾਈ ਜੀ ਇੱਕ ਦਿਨ ਦੇ ਵਿੱਚ ਪਾਸ ਕਰਾ ਸਕਦੇ ਨੇ, ਇਹ ਇਕੱਲੇ ਰਾਸ਼ਟਰਪਤੀ ਦੇ ਸਾਈਨ ਰਹਿੰਦੇ ਨੇ, ਸਿੱਖ ਸੰਗਤ ਨੂੰ ਇਹ ਪਤਾ ਹੋਣਾ ਚਾਹੀਦਾ, ਫਾਈਲ ਪਈ ਆ ਰਾਸ਼ਟਰਪਤੀ ਦੇ ਟੇਬਲ ਤੇ, ਪਰ ਇਹ ਕਰਾਉਣਾ ਨਹੀਂ ਚਾਹੁੰਦੇ ਕਿਉਂਕਿ ਆਪਣੇ ਇਮੋਸ਼ਨਲ ਦੇ ਨਾਲ ਇਹ ਖਿਲਵਾੜ ਕਰਦੇ ਨੇ। ਜਦੋਂ ਵੀ ਵੋਟਾਂ ਆਉਂਦੀਆਂ ਨੇ ਆਪਾਂ ਨੂੰ ਝੂਠੇ ਵਾਅਦੇ ਕਰਦੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਾਂਗੇ, ਅਸੀਂ ਸਖ਼ਤ ਕਾਨੂੰਨ ਬਣਾਵਾਂਗੇ, ਤੁਸੀਂ ਆਪ ਇਹ ਸਭ ਤੁਹਾਨੂੰ ਪਤਾ ਹੀ ਹੈ, ਪਰ ਕਰਦਾ ਕੋਈ ਕੁਛ ਨਹੀਂ, ਇਹਨਾਂ ਦੀ ਨੀਅਤ ਖੋਟੀ ਹੈ ਜੀ। ਦੋ ਤਿੰਨ ਕਾਰਨ ਇੱਥੇ ਬਣ ਜਾਂਦੇ ਨੇ ਕਿਉਂਕਿ ਵਿਅਕਤੀਆਂ ਪੰਜਾਬ ਦੇ ਵਿੱਚ ਜਿਹੜੀਆਂ ਲੜੀਵਾਰ ਬੇਦੀ ਦੀਆਂ ਘਟਨਾਵਾਂ ਜਿਹੜੀਆਂ 2015 ਤੋਂ ਸ਼ੁਰੂ ਹੋਈਆਂ, ਜਿਨ੍ਹਾਂ ਦਾ ਜਿਹੜਾ ਹੈਗਾ ਉਹ ਜਿਹੜਾ ਜਿਹੜਾ ਕਬੂਲਨਾਮਾ ਜਿਹੜਾ ਉਹ ਰਾਮ ਰਹੀਮ ਦੇ ਪਿਛਲੇ ਦਿਨੀ ਇੱਕ ਪੈਰੋਕਾਰ ਪ੍ਰਦੀਪ ਕਲੇਰ ਨੇ ਖੁਦ ਕੀਤਾ, ਉਹਨੇ ਇਹ ਵੀ ਦੱਸਿਆ ਵੀ ਜਿਹੜੀ ਹਨੀਪ੍ਰੀਤ ਜਿਹੜੀ ਰਾਮ ਰਹੀਮ ਦੀ ਜਿਹੜੀ ਮੂੰਹ ਬੋਲੀ ਬੱਚੀ ਹੈ ਜਾਂ ਉਹਦੇ ਜੋ ਵੀ ਆਪਣੇ ਕੋਈ ਉਹਨਾਂ ਦੇ ਆਪਸ ਵਿੱਚ ਰਿਸ਼ਤਾ ਹੈ, ਉਹਨਾਂ ਨੇ ਜਿਹੜਾ ਬੇਦਬੀਆਂ ਦੀ ਜਿਹੜੀ ਸਾਜਿਸ਼ 2015 ਵਾਲੀਆਂ ਦੀ ਰਚੀ ਸੀਗੀ। ਤਾਂ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਇੱਕ ਦੋ ਥਾਂ ਬਾਈਬਲ ਦੀ ਵੀ, ਪਵਿੱਤਰ ਬਾਈਬਲ ਦੀ ਬੇਦਬੀ ਹੋਈ, ਪਵਿੱਤਰ ਕੁਰਾਨ ਸ਼ਰੀਫ ਦੀ ਬੇਦਬੀ ਹੋਈ, ਗੀਤਾ ਦੀ ਵੀ ਬੇਦਬੀ ਹੋਈ। ਤਾਂ ਤਕਰੀਬਨ ਪੰਜਾਬ ਦੇ ਸਾਰੇ ਜਿਹੜੇ ਜਿਹੜੇ ਮਤਲਬ ਧਾਰਮਿਕ ਬਿਰਤੀਆਂ ਵਾਲੇ ਲੋਕ ਨੇ ਜਾਂ ਧਾਰਮਿਕ ਬਿਰਤੀ ਵਾਲੇ ਨਹੀਂ ਵੀ, ਉਹ ਸਾਰੇ ਚਾਹੁੰਦੇ ਵੀ ਕਾਨੂੰਨ ਤਾਂ ਬਣ ਜਾਵੇ, ਪਰ ਤੁਹਾਨੂੰ ਕੀ ਲੱਗਦਾ ਵੀ ਇਹੀ ਤੁਹਾਡੇ ਕੋਲ ਰਾਹ ਸੀਗਾ? ਮਤਲਬ ਤੁਸੀਂ ਹੋਰ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਜਥੇਦਾਰ ਸਾਹਿਬ ਨੂੰ ਜਾਂ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਕੋਈ ਹੋਰ ਰਾਹ ਨਾ ਅਪਣਾਇਆ? ਤੁਹਾਨੂੰ ਆਖਿਰ ਤੂੰ ਕਿਹੜਾ ਰਾਹ ਬਣਾ ਖਤਰਨਾਕ ਚੱਲ ਰਿਹਾ, 400 ਫੁੱਟ ਉੱਚੇ ਟਾਵਰ ਤੁਸੀਂ ਬੈਠੇ ਹੋਏ ਹੋ, ਤੁਹਾਡੀ ਜਾਨ ਨੂੰ ਵੀ ਖਤਰਾ ਹੈ, ਤੁਹਾਡੇ ਪਰਿਵਾਰ ਨੂੰ ਵੀ ਚਿੰਤਾ ਹੋਏਗੀ ਤੁਹਾਡੀ, ਔਰ ਸਿੱਖ ਵੀ ਜਿਹੜੇ ਤੁਹਾਡੀ ਮਦਦ ਕਰ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਚਿੰਤਾ ਕਰ ਰਹੇ ਨੇ, ਉਹਨਾਂ ਨੂੰ ਹੋਊਗਾ ਵੀ ਗੁਰਜੀਤ ਸਿੰਘ ਤਾਂ ਚੜਿਆ ਕੋਈ ਨੁਕਸਾਨ ਨਾ ਹੋ ਰਹੀ ਕਿ ਇਸ ਤੋਂ ਪਹਿਲਾਂ ਤੁਸੀਂ ਮਤਲਬ ਤੁਹਾਨੂੰ ਮੈਂ ਪੁੱਛਦਾ ਨਿੱਜੀ ਤੌਰ ਤੇ ਤੁਸੀਂ ਪੰਜਾਬ ਦੇ ਕਿਸੇ ਆਗੂ ਜਾਂ ਸਿੱਖਾਂ ਦੇ ਕਿਸੇ ਆਗੂ ਨੂੰ ਕਿਹਾ ਵੀ ਆ ਨਹੀਂ ਤੇ ਮੈਂ ਆਹ ਕੁਛ ਕਰ ਸਕਦਾ ਜਾਂ ਮੈਂ ਕੁਛ ਇਕੱਲਾ ਬਾਅਦ ਚ ਕੁਛ ਇਹੋ ਜਿਹਾ ਕਦਮ ਚੁੱਕੂੰਗਾ? ਕਿਉਂਕਿ ਤੁਹਾਡੇ ਤੇ ਸਵਾਲ ਕਰੀ ਬੰਦਿਆਂ ਨੇ ਖੜੇ ਕਰਨੇ ਵੀ ਟਾਵਰ ਤੇ ਚੜ ਗਿਆ ਜੀ, ਇਹ ਕਾਨੂੰਨ ਐ ਥੋੜੀ ਬਣਦੇ ਹੁੰਦੇ ਆ, ਕਈ ਬੰਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਲਿਖ ਵੀ ਰਹੇ ਆ, ਹਨਾ, ਮਤਲਬ ਤੁਸੀਂ ਪਹਿਲਾਂ ਕਿਸੇ ਨੂੰ ਸੁਨੇਹਾ ਦਿੱਤਾ ਸੀ ਵੀ ਆਪਾਂ ਇਹ ਕੰਮ ਕਰ ਲਈਏ, ਕਿਉਂਕਿ 2015 ਤੋਂ ਲੈ ਕੇ 24 ਲੰਘ ਚੱਲਿਆ, ਨਵੰਬਰ ਹੈ, ਇੱਕ ਮਹੀਨਾ ਰਹਿ ਗਿਆ, 10 ਸਾਲ ਬੀਤਣ ਵਾਲੇ ਆ, ਠੀਕ ਹੈ ਜੀ। ਤੇ ਮਤਲਬ ਕਿਸੇ ਨੂੰ ਤੁਸੀਂ ਕਿਹਾ ਵੀ ਆਹ ਕਾਨੂੰਨ ਬਣਨਾ ਚਾਹੀਦਾ, ਇਸੇ ਕਾਨੂੰਨ ਦੇ ਵਾਸਤੇ ਤਾਂ ਸਰਕਾਰਾਂ ਬਣੀਆਂ, ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਸਿਰਫ ਬੇਅਦਬੀ ਦੀ ਘਟਨਾਵਾਂ ਦੇ ਮੁੱਦੇ ਤੇ ਹੀ ਬਣੀ ਸੀਗੀ। ਮਤਲਬ ਇਹਨੂੰ ਕਿਵੇਂ ਤੁਸੀਂ ਪਹਿਲਾਂ ਕਿਸੇ ਤੱਕ ਪਹੁੰਚ ਕੀਤੀ ਸੀ ਟਾਵਰ ਤੇ ਚੜ੍ਹਨ ਤੋਂ ਪਹਿਲਾਂ? ਜਸਵੀਰ ਵੀਰੇ, ਮੈਂ ਤੁਹਾਨੂੰ ਕਹਿ ਕੇ ਤਾਂ ਹਟਿਆ ਪਹਿਲਾਂ ਵੀ ਮੈਂ ਮੱਥਾ ਮਾਰ ਮਾਰ ਕੇ 5-7 ਸਾਲ ਤੋਂ ਲੱਗਿਆ ਹੋਇਆ ਇਸ ਵਿਸ਼ੇ ਤੇ,
कोई मैं एकदम कदम नहीं चुकया। मैं 5-7 साल तो मैं मत्था मार मार के मैं लीडर नाल भी मिलिया, बहुत सरबजीत नाल भी गल करी है, जेड़ा हुण नवा MP बनया अपना, वो यार किसी ने रिस्पोंस नहीं दिता। ठीक है सरजीत सिंह साहब दा क्यों मैंबर पार्लीमेंट रहे, उन्हां दा की कहना है जी इहनूं लैके तुहाडी गल्लबात होई तां? छड्डो वीरे छड्डो, उहदे बारे मैं बोलणा ही नहीं चाहुंदा, वो छड्डो हुण आपां आ जाऊगा तां उहदा वेलकम है, जो उहदे मैं खिलाफ पहलां वचन करे ने मैं वापस भी लै लूंगा, कोई चक्कर नहीं। वो कह रहे ने भी कल नूं आऊगा, चल आपां उस गल नूं आपां ना हुण यार तोरीए, ठीक है चलो जो हो गया उहनूं पिछे छड्डीए आपां। पर ना तो देखो मैं सिख संगत नूं इह झोली अड के बेनती करदा, वह भाई मूर्ख ना बनो। जे तुसीं कहिंदे हो भी टावर ते चढ़ के की होजूगा, 9 साल हो गए बेअदबियां हुंदियां नूं ग्राउंड ते, अज तक कोई मैनू एक भी उपराला दिखाओ किसी भी सिख पंथक लीडर का, सिख बाबियां का, सिख संतां का, ते किसी का भी सरकार का किसी का भी उपराला दिखा दो भी हाँ गुरु महाराज की बेअदबी रोकण वास्ते कानून बनाउण वास्ते किसी ने पहलकदमी करी होवे। ਜੇ ਕਿਸੇ ਨੇ ਕਰੀ ਹੈ ਜਿਵੇਂ ਤੁਹਾਡੀ ਇੱਕ ਮਿੰਟ ਦੀ ਗੱਲ ਰੋਕਦਾ, ਕਿਉਂਕਿ ਇੱਥੇ ਪਹਿਲ ਹੋਈ ਹੈ 2015 ਤੋਂ ਲੈ ਕੇ, ਜਦੋਂ ਸਰਬੱਤ ਖਾਲਸਾ 10 ਨਵੰਬਰ 2015 ਨੂੰ ਹੁੰਦਾ, ਉਹ ਬੇਦਬੀ ਘਟਨਾਵਾਂ ਦਾ ਨਤੀਜਾ ਹੀ ਸੀਗਾ ਵੀ ਸਿੱਖਾਂ ਨੇ ਅਚਨਚੇਤ ਸਰਬੱਤ ਖਾਲਸਾ ਦਾ ਜਿਹੜਾ 4-5 ਲੱਖ ਦਾ ਕੱਟ ਜਿਹੜਾ ਉਹਨੂੰ ਸੱਦਿਆ। ਉਸ 2015 ਤੋਂ ਬਾਅਦ ਜਿਹੜਾ ਹੈਗਾ 1 ਜੂਨ 2018 ਤੋਂ ਲੈ ਕੇ 11-12 ਦਸੰਬਰ 2018 ਤੱਕ ਧਿਆਨ ਸਿੰਘ ਮਾਨ ਜਿਹੜੇ ਜਥੇਦਾਰ ਸਰਬੱਤ ਖਾਲਸਾ ਚ, ਅਮਰੀਕ ਸਿੰਘ ਜਰਾਲਾ, ਬਲਜੀਤ ਸਿੰਘ ਦਾਦੂਆ ਜਿਹੜੇ ਸਰਬੱਤ ਖਾਲਸਾ ਦੇ, ਤਿੰਨੇ ਜਥੇਦਾਰ ਜਿਹੜੇ ਸਰਬੱਤ ਖਾਲਸਾ ਥਾਪੇ, ਔਰ ਜਿਹੜੇ ਭਾਈ ਜਗਤਾਰ ਸਿੰਘ ਹਵਾਲਾ ਜਿਹੜੇ ਮੌਜੂਦਾ ਜਥੇਦਾਰ ਸੀਗੇ ਉਸ ਵਕਤ ਤੇ ਵੀ ਅੱਜ ਵੀ ਸਰਬੱਤ ਖਾਲਸਾ ਵਾਲੇ, ਉਹਨਾਂ ਦੇ ਪਿਤਾ ਮਤਲਬ ਸਾਰੀ ਟੀਮ ਜਿਹੜੀ ਆ ਉਹਨਾਂ ਨੇ ਇੱਕ ਇਕੱਠ ਬਰਗਾੜੀ ਚ ਮੋਰਚਾ ਲਾਇਆ, ਉਹ ਵੀ ਇਹੀ ਸੀਗਾ ਵੀ ਬੇਦਬੀ ਦੀਆਂ ਘਟਨਾਵਾਂ ਦੇ ਉੱਤੇ ਕਾਨੂੰਨ ਬਣੇ ਔਰ ਦੇਰੇ ਵਾਲਿਆਂ ਨੂੰ ਸਜ਼ਾ ਮਿਲੇ। ਮਤਲਬ ਉਪਰਾਲੇ ਤਾਂ ਹੋਏ ਨੇ, ਪਰ ਤੁਹਾਨੂੰ ਲੱਗਦਾ ਵੀ ਵੀਰ ਜੀ ਮੇਰੀ ਗੱਲ ਸੁਣੋ ਸੁਣੋ ਮੈਂ ਉਹੀ ਤੁਹਾਨੂੰ ਬੇਨਤੀ ਲੱਗਿਆ ਕਰਨ, ਜਦੋਂ ਉਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਆਪਣਾ ਬਰਗਾੜੀ ਵਾਲਾ ਮੋਰਚਾ ਲੱਗਿਆ ਤੇ ਸਿੱਖ ਸੰਗਤ ਵੱਲੋਂ ਉਹਦੇ ਵਿੱਚ ਕੋਈ ਵੀ ਨਾਕਾਮੀ ਨਹੀਂ ਆਣ ਦਿੱਤੀ, ਲੱਖਾਂ ਦਾ ਕੱਟ ਕਰਿਆ ਸਰਬੱਤ ਖਾਲਸੇ ਦੇ ਵਿੱਚ, ਸੰਗਤ ਨੇ ਪੂਰਾ ਸਹਿਯੋਗ ਦਿੱਤਾ। ਸੁਣ, ਸੰਗਤ ਪੂਰੀ ਕਾਇਮ ਹੈ, ਸੰਗਤ ਅੱਜ ਵੀ ਕਾਇਮ ਹੈ, ਪਰ ਸਿੱਖ ਉਹ ਭਾਲਦੇ ਨੇ ਇਮਾਨਦਾਰੀ, ਆਪਣੀ ਕੌਮ ਦੇ ਜਿੰਨੇ ਵੀ ਆਵਾਮ ਹੈ ਉਹ ਭਾਲਦੀ ਹੈ ਇਮਾਨਦਾਰੀ। ਤਾਂ ਉਹ ਮੋਰਚੇ ਦਾ ਲਾਸਟ ਦੇ ਵਿੱਚ ਕੀ ਨਿਚੋੜ ਨਿਕਲਿਆ, ਵੇਚੇ ਡਰੇ ਨੇ ਕੀ ਹੋਇਆ ਉਹ ਵਾਹਿਗੁਰੂ ਨੂੰ ਪਤਾ, ਮੈਂ ਕਿਸ ਤੇ ਇਲਜ਼ਾਮਬਾਜ਼ੀ ਨਹੀਂ ਕਰਨਾ ਚਾਹੁੰਦਾ, ਲੇਕਿਨ ਉਹ ਚੱਕ ਕੇ ਮੋਰਚਾ ਫੁਰ, ਦੱਸੋ ਕੀ ਬਣਿਆ? ਸਿੱਖ ਸੰਗਤ ਰੋਂਦੀ ਗਈ, ਅਸੀਂ ਰੋਂਦੇ ਆਇਆ ਉੱਥੋਂ ਬਰਗਾੜੀ ਤੋਂ ਵੀ ਇਹ ਕੀ ਕਰੇ, ਕਿਸੇ ਸੰਗਤ ਦੀ ਰਾਇ ਵੀ ਨਹੀਂ ਲਈ, ਮੋਰਚਾ ਸਮੇਟ ਕੇ ਆਓ ਗਏ, ਕੀ ਕਰਾਂਗੇ ਯਾਰ? ਜਿੰਨਿਆਂ ਨੇ ਵੀ ਗਰਾਊਂਡ ਤੇ ਬਾਪੂ ਸੂਰਤ ਸਿੰਘ ਨੇ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਭੁੱਖ ਹੜਤਾਲ ਰੱਖੀ ਸੀ, ਠੀਕ ਹੈ ਵੀਰੇ, ਪਿੰਜਰ ਬਣ ਗਏ ਭੁੱਖ ਹੜਤਾਲ ਦੇ ਨਾਲ, ਫਿਰ ਉਹਨਾਂ ਨੇ ਦੇਖਿਆ ਵੀ ਸਰਕਾਰ ਦੀ ਜੂਮ ਨਹੀਂ ਸਰਕ ਰਹੀ, ਤਾਂ ਉਹਨਾਂ ਨੇ ਪਾਣੀ ਵੀ ਛੱਡਤਾ। ਜਦੋਂ ਪਾਣੀ ਛੱਡਿਆ, ਜਦੋਂ ਸਰਕਾਰ ਨੂੰ ਆਏ ਹੋਇਆ ਵੀ ਕਿਤੇ ਇਹ ਸਵਾਸ ਇਹਨਾਂ ਦੇ ਪੂਰੇ ਨਾ ਹੋ ਜਾਣ, ਚੱਕ ਕੇ ਹਸਪਤਾਲ 'ਚ ਠੋਕਦੇ, ਦੱਸੋ ਕੀ ਕਰ ਲਿਆ ਸੰਗਤ ਨੇ? ਮੋਰਚਾ ਫੇਲ। ਮੈਂ ਬੜਾ ਹੀ ਬਾਈ ਜੀ ਇਸ ਵੱਲੋਂ ਸਰਚ ਕਰਕੇ ਨਾ ਸਾਰਾ ਕੁਛ ਸਰਚ ਕਰਕੇ, ਇੰਨਾ ਉੱਚਾ ਟਾਵਰ ਕਿਉਂ ਚੁਣਿਆ, ਹਥਿਆਰ ਲੈ ਕੇ ਕਿਉਂ ਬੈਠੇ ਆ, ਤੁਸੀਂ ਇੱਕ ਤਰੀਕੇ ਦਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹੋ, ਚੜੇ ਤੁਸੀਂ 400 ਫੁੱਟ ਉੱਚੇ ਟਾਵਰ ਤੇ ਹੋਏ ਹੋ ਜਿਹੜਾ ਬਿਲਕੁਲ ਮੌਤ ਦੀ ਕੰਨੀ ਦੇ ਉੱਤੇ ਆ, ਥੋੜੀ ਜਿਹੀ ਤੁਹਾਡੇ ਕੋਲ ਜਗ੍ਹਾ, ਤੁਸੀਂ ਉਸ ਦਿਨ ਇੱਕ ਵੀਡੀਓ ਤੁਹਾਡੀ ਦੇਖੀ ਸੀ, ਪਤਾ ਨਹੀਂ ਕਿੰਨੇ ਕੁ ਫੁੱਟ ਜਗ੍ਹਾ ਹੈ ਤੁਸੀਂ ਬੈਠੇ ਹੋਏ ਹੋ, ਠੀਕ ਹੈ, 2 ਫੁੱਟ ਜਗ੍ਹਾ ਵੀਰੇ ਚੌੜੀ ਕਿਉਂ ਚੜੇ? ਹਾਂ ਵੀਰੇ, ਮੈਂ ਇਹੀ ਚੀਜ਼ ਦਾ ਤੁਹਾਨੂੰ ਜਵਾਬ ਦੇਣਾ ਚਾਹੁੰਦਾ। ਪਹਿਲਾਂ ਮੈਂ ਸਿੱਖ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਣੇ ਗਰਾਊਂਡ ਵਾਲੇ ਜਿੰਨੇ ਵੀ ਮੋਰਚੇ ਲੱਗੇ ਨੇ ਭਾਈ, ਤੁਸੀਂ ਇਸ ਭੱਬਲ ਭੁੱਸੇ ਦੇ ਵਿੱਚ ਨਾ ਪਾਓ, ਵੀ ਇਹ ਕੋਈ ਤਰੀਕਾ ਨਹੀਂ ਹੈਗਾ, ਇਹ ਇੱਕ ਸਭ ਤੋਂ ਵਧੀਆ ਤਰੀਕਾ ਹੈ, ਉੱਚੀ ਜਗ੍ਹਾ ਤੇ ਬੈਠ ਕੇ ਮੈਂ ਆਪਣੀ ਆਵਾਮ ਨੂੰ ਇੱਕ ਜਗਾ ਸਕਦਾ, ਤੇ ਜੇ ਇਹ ਸਰਕਾਰਾਂ ਕਾਨੂੰਨ ਨਹੀਂ ਬਣਾਉਂਦੀਆਂ ਤਾਂ ਵਰਲਡ ਤੱਕ ਇਹਨਾਂ ਦੇ ਚਿਹਰੇ ਨੰਗੇ ਹੋਣਗੇ, ਕਿਉਂਕਿ ਮੇਰੇ ਤੱਕ ਇਹ ਪਹੁੰਚ ਨਹੀਂ ਸਕਦੇ। ਹਥਿਆਰ ਵੀ ਮੈਂ ਇਸੇ ਕਰਕੇ ਲੈ ਕੇ ਬੈਠੇ ਹਾਂ, ਗੁਰੂ ਸਾਹਿਬ ਦਾ ਆਪਾਂ ਨੂੰ ਹੁਕਮ ਹੈ ਸ਼ਸਤਰ ਕੇ ਬਿਨਾਂ, ਸ਼ਸਤਰ ਕੇ ਅਧੀਨ ਹੈ ਰਾਜ, ਜੇ ਸ਼ਸਤਰ ਹੈ ਤਾਂ ਆਪਾਂ ਤਕੜੇ ਹਾਂ, ਨਿਹੱਤਿਆਂ ਨੂੰ ਆਪਾਂ ਨੂੰ ਚੱਕ ਕੇ ਕਦੋਂ ਦੇ ਲੈ ਜਾਂਦੇ? ਜੇ ਮੇਰੇ ਕੋਲ ਪਿਸਟਲ ਨਾ ਹੁੰਦਾ, ਮੇਰੇ ਕੋਲ 100 ਗੋਲੀ ਨਾ ਹੁੰਦੀ, ਮੈਂ 10 ਮੈਗਜ਼ੀਨ ਭਰ ਕੇ ਲੈਣ ਚ ਲਾ ਕੇ ਮੈਂ ਫੌਜੀ ਬੰਦਾ, ਬੜਾ ਮੈਂ ਇਸ ਤਰਫੋਂ ਬੜਾ ਬਾਈ ਜੀ ਮੈਂ ਤਿੱਖਾ ਚੱਲ ਰਿਹਾ, ਰਾਤ ਨੂੰ ਮੈਂ ਸਾਰੀ ਰਾਤ ਸੌਂਦਾ ਨਹੀਂ, ਮੈਂ ਦਿਨ 'ਚ 4 ਘੰਟੇ ਨੀਂਦ ਆਪਦੀ ਪੂਰੀ ਕਰਦਾ, ਠੀਕ ਹੈ ਜੀ, ਮੈਂ ਮਤਲਬ ਇਸ ਪੱਖੋਂ ਮੈਂ ਢਿੱਲਾ ਨਹੀਂ ਚੱਲ ਰਿਹਾ ਵੀ ਮੈਂ ਕਿਸੇ ਨੂੰ ਮੌਕਾ ਦੇ ਦਾਂ ਮੈਨੂੰ ਕੋਈ ਸੁੱਤੇ ਪੈਨੂੰ ਚੱਕ ਕੇ ਲੈ ਜੇ।
मैं आपकी रक्षा गुरु पातशाह नूं सौंपी हुई है भी जो गुरु साहब मैनूं हुक्म करनगे मैं उस हिसाब नाल चलूंगा। तां दाता जी दा मैनूं हुक्म है भी रात नूं सौना नहीं, मैं सौं भी नहीं रहा। इस करके मैं पिस्टल लेके चढ़िया होया भी इत्थों मैनूं आके जिवें अपने भाई गुरबख्श सिंह नाल बनी सी उह टैंकी ते चढ़े सी, पिछे पुलिस चढ़ गई, पुलिस ने उहनूं छाल मारन ते मजबूर करता करता नहीं मेरे, उन्होंने छाल मारी ते चक के उहदा संस्कार करता, मोर्चा फेल। इत्थे नहीं बाई जी, इत्थे किसी नूं खंगण भी नहीं देवांगे। मैं सीधा चैलेंज करिया सी इह भैड़े प्रशासन नूं थले भी जे कमांडो वाले जां कोई भी कोशिश करूगा उत्थे आउण दी मैनूं चक के ले जाण दी तां आपदे घरे सति श्री अकाल बुला के आवे। मैं तां मौत कबूल करके बैठे ही हाँ, मैं किसी का नुकसान नहीं करना चाहुंदा, मैं शांतमई बैठा, मैनूं बैठे रहण दो, ठीक है। मैं आपदी मौत दा आप जिम्मेवार हाँ, वह मेरी कौम देखे जां सरकारां देखण। पर वीर बन के तुसी मेरे ही सिख भरा हो, मैं पुलिस मुलाजमान नूं बेनती करी सी भी तुसी कोई इहो जिहा मेरे ते वादा ना करियो, मैनूं मजबूरन छोड़े ते गोली चलाउणी पवे। इह आपदी मेरे मैं इज्जत बचाउण वास्ते आपदा हथियार आपदे कोल रखे भी मैनूं भैड़े तरीके नाल उहनूं चाके ना लै जाण ते मोर्चा फेल ना कर दण। मरदे दम तक जसवीर भाई लड़ूंगा, मरदे दम तक। जदों गुरु दा थापड़ा होवे ना, जिहड़ी मेरी इस टाइम बिरती है वह बाबा बिधी चंद वाली है। बाबा बिधी चंद वाली आए है तुहानू सारयां नूं पता होना चाहिए, अज गुरु घर भी बनया होया है उस यादगारी दे विच बाबा बिधी चंद वाली च। एक मोर्चा फतेह करन वास्ते बाबा बिधी चंद जी नूं भेजिया सी, उह मोर्चा फतेह करके घेरा पै गया रस्ते दे विच, तां उहनां ने एक दाणा भुन्नण वाली भट्ठ वाले दे घरें शरण लई सी, सानूं पता होना चाहिए। तां बाबा बिधी चंद नूं उस भट्ठ दे विच बैठना पिया सी, बलदी भट्ठ दे विच, लाल भट्ठ च। ਤਾਂ ਗੁਰੂ ਸਾਹਿਬ ਨੇ ਇੱਕ ਰੋਮ ਵੀ ਜਲਣ ਨਹੀਂ ਦਿੱਤਾ ਸੀ, ਇੱਕ ਰੋਮ ਵੀ ਹਰਗੋਬਿੰਦ ਪਾਤਸ਼ਾਹ ਨੇ। ਤਾਂ ਆਪਾਂ ਨੂੰ ਦੇਖੋ, ਮੈਂ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇੱਕ ਬੇਨਤੀ ਕਰਦਾ, ਜੇ ਆਪਣੀ ਦ੍ਰਿੜਤਾ ਆਪਣਾ ਭਰੋਸਾ ਆਪਣੇ ਗੁਰੂ 'ਤੇ ਆਪਣਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ, ਪਰ ਗੁਰੂ ਦੇ ਕਹਿਣੇ 'ਤੇ ਚੱਲਣਾ ਪਊਗਾ। ਜੇ ਆਪਾਂ ਹੈਗੇ ਹਾਂ ਦੋਗਲੇ, ਫਿਰ ਗੁਰੂ ਦੀ ਪਿੱਠ ਹੈ ਆਪਣੇ ਕਨੀ, ਠੀਕ ਹੈ। ਜੇ ਮੇਰੀ ਨੀਅਤ ਮਾੜੀ ਹੁੰਦੀ ਅੱਜ ਨੂੰ ਮੈਂ ਥੱਲੇ ਉੱਤਰ ਜਾਂਦਾ। ਇੰਨੇ ਦਿਨਾਂ ਦੇ ਵਿੱਚ ਤੁਸੀਂ ਆਪ ਸੋਚ ਕੇ ਦੇਖੋ ਜੀ, ਇੰਨੇ ਦਿਨਾਂ ਦੇ ਵਿੱਚ ਤੁਸੀਂ ਆਪ ਸੋਚ ਕੇ ਦੇਖੋ ਵੀ 10 ਤਰੀਕ ਦਾ ਪ੍ਰਸ਼ਾਦਾ ਛਕਿਆ ਹੋਵੇ, ਪਾਣੀ ਪਾਣੀ ਦੇ ਬੰਦਾ ਇੰਨੇ ਦਿਨ ਕੱਟ ਜੂ, ਅੱਜ ਨੂੰ ਤਾਂ ਚੱਕਰ ਆ ਕੇ ਕਰ ਜਾਂਦਾ ਮੈਂ, ਪਰ ਮੇਰਾ ਸਰੀਰ ਫੁੱਲ। ਤੁਸੀਂ ਬਾਬਾ ਸੂਰਮੇ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਜਿਹੜੀ ਆ ਉਹ ਉਦਾਹਰਨ ਦੇ ਕੇ ਤੁਸੀਂ ਕਿਹਾ ਵੀ ਮੇਰਾ ਅੱਜ ਉਹ ਬਿਰਤੀ ਹੈ, ਚਲੋ ਤੁਹਾਡੇ ਮਨ ਦੀ ਜਿਹੜੀ ਅਵਸਥਾ ਉਹ ਗੁਰੂ ਪਰਮਾਤਮਾ ਅਕਾਲ ਪੁਰਖ ਜਾਣਦੇ ਨੇ, ਪਰ ਅਸੀਂ ਮੀਡੀਆ ਔਰ ਲੋਕ ਜਿਹੜੇ ਅਸੀਂ ਹਰ ਇੱਕ ਚੀਜ਼ ਨੂੰ ਮਤਲਬ ਤਰਕ ਜਾਂ ਥੋੜਾ ਜਿਹਾ ਸ਼ੱਕ ਦੇ ਆਧਾਰ ਤੇ ਦੇਖਣਾ, ਸਵਾਲ ਕਰਨੇ ਹੁੰਦੇ ਆ, ਹਨਾ। ਦੇਖੋ ਗੁਰਦੁਆਰਾ ਪਾਠ ਸਾਹਿਬ ਬਣਿਆ ਹੋਇਆ ਜੀ, ਗੁਰਦੁਆਰਾ ਪਾਠ ਸਾਹਿਬ ਬਣਿਆ ਹੋਇਆ ਪੱਟੀ ਜਿੱਥੇ ਬਾਬਾ ਬਿਧੀ ਚੰਦ ਜੀ ਦੀ ਬਹਾਦਰ ਦੀ ਯਾਦਗਾਰ ਉਹ ਜਗ੍ਹਾ ਹੈ, ਬਿਲਕੁਲ ਬਿਲਕੁਲ, ਹਨਾ ਜੀ। ਤਾਂ ਤੁਹਾਡੇ ਤੋਂ ਪਹਿਲਾਂ ਵੀ ਕਈ ਸਿੱਖਾਂ ਨੇ ਇਸ ਤਰ੍ਹਾਂ ਦੇ ਦਾਅਵੇ ਕੀਤੇ ਨੇ, ਉਹਨਾਂ ਦੀ ਨੀਅਤ ਜਾਂ ਨੀਤੀ ਦੇ ਵਿੱਚ ਖੋਟ ਨਾ ਹੋਈ। ਅਸੀਂ ਨੀ ਕਹਿੰਦੇ ਭਾਈ ਗੁਰਬਖਸ਼ ਸਿੰਘ ਹੜਤਾਲ, ਉਹਨਾਂ ਨੇ ਪਹਿਲੀ ਵਾਰੀ ਹੜਤਾਲ ਭੁੱਖ ਹੜਤਾਲ ਰੱਖੀ ਸੀ 2009 ਦੇ ਵਿੱਚ ਅੰਬ ਸਾਹਿਬ, ਉਦੋਂ ਉਹਨਾਂ ਨੂੰ ਸਰਕਾਰ ਨੇ ਵਾਅਦੇ ਕਰਕੇ ਮਿੱਠੀਆਂ ਗੱਲਾਂ ਕਰਕੇ ਕਿਹਾ ਵੀ ਅਵਤਾਰ ਸਿੰਘ ਮੱਕੜ ਹੋਣੀ ਵਗੈਰਾ ਸਾਰਿਆਂ ਨੇ ਕਿਹਾ ਭਾਈ ਤੇ ਤੂੰ ਮੰਨ ਲਾ, ਆ ਜਾ ਜੂਸ ਪੀ ਲਾ, ਤੇਰੀ ਗੱਲ ਮੰਨਾਂਗੇ। ਉਹਨਾਂ ਨੇ ਮੰਨ ਲਈ, ਫਿਰ ਦੂਰੀ ਵਾਰੀ ਉਹਨਾਂ ਭੁੱਖ ਹੜਤਾਲ ਰੱਖੀ। ਉਦੋਂ ਜਿਹੜੇ ਕਹਿੰਦੇ ਕਹਾਉਂਦੇ ਪੰਜਾਬ ਦੇ ਗਾਇਕ, ਕਹਿੰਦੇ ਕਹਾਉਂਦੇ ਪੰਜਾਬ ਦੇ ਖਿਡਾਰੀ, ਸਾਰਾ ਕੁਝ, ਉਦੋਂ ਸੋਸ਼ਲ ਮੀਡੀਆ ਇੰਨਾ ਹੈ ਨਹੀਂ ਸੀਗਾ, ਇਕੱਲਾ ਟੀਵੀ ਚੈਨਲ ਸੀਗੇ, ਉਹਨਾਂ ਨੇ ਫਿਰ ਉਹਨਾਂ ਦੀ ਮਦਦ ਕੀਤੀ, ਬਹੁਤ ਵੱਡੀ ਜਿਹੜੀ ਲਹਿਰ ਬਣ ਗਈ। ਫਿਰ ਉਹਨਾਂ ਨੇ ਲੀਡਰਾਂ ਦੇ ਉੱਤੇ ਭਰੋਸਾ ਕਰਕੇ ਜੂਸ ਪੀ ਲਿਆ। ਤੀਜੀ ਵਾਰੀ ਉਹਨਾਂ ਨੇ ਫਿਰ ਟੈਂਕੀ ਚੜ ਕੇ, ਲੋਕਾਂ ਨੇ ਕਿਹਾ ਵੀ ਇਹਦੀ ਤੋਂ ਸ਼ੇਰ ਆਇਆ, ਸ਼ੇਰ ਵਾਲੀ ਗੱਲ ਆ। ਤੀਜੀ ਵਾਰ ਲੋਕਾਂ ਦੇ ਮਗਰ ਨਾ ਗਏ ਔਰ ਤੀਜੀ ਵਾਰੀ ਉਹਨਾਂ ਦੀ ਜਾਨ ਵੀ ਗਈ, ਠੀਕ ਹੈ। ਮਤਲਬ ਉਹਨਾਂ ਦੀ ਜਾਨ ਵੀ ਉਸ ਤਰੀਕੇ ਨਾਲ ਛਾਲ ਮਾਰ ਕੇ ਗਈ। ਹੁਣ ਨਾ ਤੇ ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਸ਼ਹੀਦ ਸ਼ਬਦ ਉਹਨਾਂ ਨੂੰ ਨਸੀਬ ਹੋਇਆ, ਉਹਨਾਂ ਦੀ ਦੇਖੋ ਜੀ ਜਿਹੜਾ ਉਹਨਾਂ ਦੀ ਭਾਵਨਾ ਮਾੜੀ ਨਹੀਂ ਸੀ, ਪਰ ਅਖੀਰ ਨੂੰ ਉਹਨਾਂ ਦੀ ਮੈਨੂੰ ਕਿਸਮਤ ਦੇ ਵਿੱਚ ਇਹ ਲਿਖਿਆ ਕਿ ਟੈਂਕੀ ਨੂੰ ਛਾਲ ਮਾਰਨ ਦੇ, ਠੀਕ ਹੈ। ਹੁਣ ਫਿਰ ਭਾਈ ਬਾਪੂ ਸੂਰ ਸਿੰਘ ਜੀ, ਉਹਨਾਂ ਨੇ 2018 ਦੇ ਵਿੱਚ ਭੁੱਖ ਜਿਹੜਾ 2015 ਦੇ ਵਿੱਚ ਸ਼ਾਇਦ ਭੁੱਖ ਹੜਤਾਲ ਸ਼ੁਰੂ ਕੀਤੀ, ਮੈਂ ਗਲਤ ਰਹਾਂ, 2023 ਦੇ ਵਿੱਚ ਆ ਕੇ ਸਰਕਾਰ ਨੇ
ਸਿੱਖ ਲੀਡਰਾਂ ਨੇ ਸਰਕਾਰ ਦੇ ਵਿਰੁੱਧ ਜਿਹੜੇ ਚੱਲਦੇ ਨੇ ਆਜ਼ਾਦ ਪੱਖੀ ਸਿੱਖ ਲੀਡਰ ਉਹਨਾਂ ਨੇ ਬਾਪੂ ਸੂਰਤ ਸਿੰਘ ਹੁਣ ਦੀ ਭੁੱਖ ਹੜਤਾਲ ਖਤਮ ਕਰਵਾ ਕੇ ਉਹਨਾਂ ਨੂੰ ਘਰੇ ਗਿਫਟ ਕਰਤਾ ਵੀ ਲਓ ਜੀ ਆਹ ਮਸਲਾ ਹੱਲ ਹੋ ਗਿਆ। ਇਸ ਤਰ੍ਹਾਂ ਹੀ ਹੋਰ ਵੀ ਘਟਨਾਵਾਂ ਨੇ ਪਿਛਲੇ ਸਾਲ ਤੋਂ ਪਿਛਲੇ ਤੋਂ ਪਿਛਲੇ 2022 ਦੇ ਅਖੀਰ ਦੇ ਵਿੱਚ ਪਿੰਡ ਰੋਡੇ ਦੇ ਵਿੱਚ ਜਿਹੜਾ ਸੰਤ ਜਰਨੈਲ ਸਿੰਘ ਜੀ ਦਾ ਜਨਮ ਸਥਾਨ ਹੈ ਉੱਥੇ ਇੱਕ ਸਿੰਘ ਟਾਵਰ ਤੇ ਚੜ ਗਿਆ। ਅਸੀਂ ਤੁਹਾਡੇ ਵੱਲ ਤੁਹਾਡੇ ਨਾਲ ਮੈਂ ਅੱਜ ਤੁਹਾਨੂੰ 22 ਦਿਨ ਤੋਂ ਉੱਤੇ 20 ਦਿਨ ਤੋਂ ਉੱਤੇ ਹੋ ਗਿਆ ਪਹਿਲੀ ਵਾਰੀ ਆਪਾਂ ਗੱਲਬਾਤ ਰਿਕਾਰਡ ਕਰ ਰਹੇ ਹਾਂ। ਜਿਹੜਾ ਰੋਡੇ ਵਾਲਾ ਸਿੰਘ ਸੀ ਅਸੀਂ 3 ਦਿਨ ਉੱਥੇ ਰਹੇ ਤੇ ਉਹ ਉਹਨਾਂ ਦੇ ਬਹੁਤ ਸਾਰੇ ਦਾਅਵੇ ਸੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਮੈਂ ਤੇ ਹੈ ਨਾ ਸ਼ਹੀਦਾਂ ਦੀ ਬਖਸ਼ਿਸ਼ ਮੈਂ ਬਾਬਾ ਵਿਧੀ ਚੰਦ ਜੀ ਵਾਲੀ ਅਵਸਥਾ ਮੇਰੀ ਉਹ ਬਹੁਤ ਸਾਰੀ ਗੱਲ ਕਰ ਰਹੇ ਸੀ ਉਹਨਾਂ ਨੂੰ ਸਪੀਕਰ ਉੱਪਰ ਭੇਜ ਦਿੰਦੇ ਸੀ ਕਿਉਂਕਿ ਟਾਵਰ ਥੋੜਾ ਨੀਵਾਂ ਸੀਗਾ ਔਰ ਪਿੰਡ ਦੇ ਵਿੱਚ ਸੰਤਾਂ ਦਾ ਪਿੰਡ ਹੈ ਪ੍ਰਬੰਧ ਸਾਰੇ ਸੀਗੇ ਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕੀਤੀ ਸੀ ਮੈਂ ਇਸ ਤਰ੍ਹਾਂ ਕਰੂੰਗਾ ਮੈਂ ਤੇ ਪਰ ਸਰਕਾਰ ਨੇ ਪ੍ਰਸ਼ਾਸਨ ਨੇ ਉਹਨਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਜਾਂ ਉਹਨਾਂ ਨੂੰ ਜਿਹੜਾ ਭਰੋਸੇ 'ਚ ਲੈ ਕੇ ਥੱਲੇ ਤਾਰ ਲਿਆ ਉਸ ਤੋਂ ਬਾਅਦ ਉਹ ਸਿੰਘ ਵੀ ਨਾ ਨਜ਼ਰ ਆਏ ਮਤਲਬ ਤੁਹਾਡੇ ਤੇ ਭਰੋਸਾ ਸਿੱਖ ਕਿਉਂ ਕਰਨ ਪਹਿਲੀ ਇਹ ਗੱਲ ਆ ਹਲੋ ਕੱਲ ਨੂੰ ਤੁਸੀਂ ਤਸਵੀਰ ਮੇਰੇ ਹੋ ਸਕਦਾ ਵੀ ਤੁਸੀਂ ਬਹੁਤ ਵੱਡੇ ਜਿੱਦਾਂ ਤੁਸੀਂ ਸਰਬੱਤ ਉਹ ਬਰਗਾੜੀ ਮੋਰਚੇ ਨੂੰ ਕਹਿਤਾ ਬੰਦਿਆਂ ਨੇ ਭਰੋਸਾ ਕਰਨਾ ਸੀਗਾ ਮੇਰੀ ਗੱਲ ਸੁਣੋ ਵੀਰੇ ਮੈਂ ਨਹੀਂ ਕਹਿਣਾ ਮੇਰੇ ਤੇ ਭਰੋਸਾ ਕਰੋ ਮੈਂ ਤਾਂ ਆਪਦੀ ਜਾਨ ਦੇ ਕੇ ਖੂਨ ਡੋਲ ਕੇ ਭਰੋਸਾ ਜਿਤਾਉਂਗਾ ਜਿਵੇਂ ਬਾਈ ਦੀਪ ਸਿੱਧੂ ਤੇ ਜਿਉਂਦੇ ਤੇ ਕਿਸੇ ਨੇ ਭਰੋਸਾ ਨਹੀਂ ਕਰਿਆ ਸੱਚੇ ਬੰਦੇ ਤੇ ਪਤਾ ਕੀ ਹੈ ਇਹ ਲੋਕਾਂ ਦਾ ਕਸੂਰ ਨਹੀਂ ਹੈਗਾ ਮੈਂ ਆਵਾਮ ਨੂੰ ਮਾੜੀ ਨਹੀਂ ਕਹਿੰਦਾ ਸਾਡੇ ਜਿੰਨੇ ਵੀ ਪੰਥਕ ਲੀਡਰਾਂ ਨੇ ਜਿੰਨਿਆਂ ਨੇ ਵੀ ਇਹ ਕੋਸ਼ਿਸ਼ਾਂ ਦੇਖੋ ਬਾਪੂ ਸੂਰਤ ਸਿੰਘ ਪੂਜਣ ਲੈ ਕੇ ਰੱਬੀ ਰੂਹ ਸੀ ਆਪਣੇ ਆਪ ਨੂੰ ਉਹਨਾਂ ਨੇ ਪਿੰਜਰ ਬਣਾ ਲਿਆ ਭੁੱਖ ਹੜਤਾਲ ਰੱਖ ਕੇ ਪਰ ਬਜ਼ੁਰਗ ਉਮਰ ਦੇ ਵਿੱਚ ਇੰਨਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ ਬਿਲਕੁਲ ਪਰ ਵੀਰ ਜੀ ਪ੍ਰਸ਼ਾਸਨ ਨੇ ਉਹਨਾਂ ਦੀ ਚੱਲਣ ਨਹੀਂ ਦਿੱਤੀ ਤੁਸੀਂ ਆਪ ਸੋਚੋ ਨਾ ਪ੍ਰਸ਼ਾਸਨ ਨੇ ਉਹਨਾਂ ਦੀ ਚੱਲਣ ਨਹੀਂ ਦਿੱਤੀ ਤੁਸੀਂ ਕੀ ਸੋਚ ਰਹੇ ਹੋ ਵੀ ਮੇਰੇ ਤੇ ਤੰਤਰ ਮੰਤਰ ਵਰਤਿਆ ਨਹੀਂ ਗਿਆ ਇੰਨੇ ਦਿਨ ਹੋ ਗਏ ਮੇਰੇ ਤੇ ਸਾਰਾ ਕੁਛ ਵਰਤ ਲਿਆ ਇਹਨਾਂ ਨੇ ਮੈਨੂੰ ਟੋਰਚਰ ਵੀ ਕਰ ਲਿਆ ਪਾਣੀ ਬੰਦ ਕਰ ਲਿਆ ਥੱਲੋਂ ਮੋਬਾਈਲ ਇੰਨੇ ਦਿਨ ਬੰਦ ਰੱਖਿਆ ਕੱਪੜਿਆਂ ਤੱਕ ਰੋਕ ਤੇ ਪਰਿਵਾਰ ਨੂੰ ਡਰਾਇਆ ਧਮਕਾਇਆ ਗਿਆ ਪਰਿਵਾਰ ਰੋਇਆ ਪਿੱਟਿਆ ਮੇਰੇ ਅੱਗੇ ਵੀ ਅਸੀਂ ਮਰ ਜਾਵਾਂਗੇ ਸਾਨੂੰ ਮਾਰ ਦੇਣਗੇ ਇੱਥੇ ਤੱਕ ਮੈਨੂੰ ਕਹਿਣਾ ਪਿਆ ਵੀ ਸਾਰਾ ਪਰਿਵਾਰ ਜੇ ਖਤਮ ਹੋ ਜੇ ਮੈਂ ਤਾਂ ਵੀ ਨਹੀਂ ਉਤਰਦਾ ਯਾਰ ਮੈਂ ਦੇਖੋ ਕਿਵੇਂ ਮੈਂ ਆਪਦਾ ਅੰਦਰ ਪਾੜ ਕੇ ਦਿਖਾਵਾਂ ਮੈਂ ਹਨੂੰਮਾਨ ਤਾਂ ਹੈ ਨਹੀਂ ਮੈਂ ਛਾਤੀ ਪਾੜ ਕੇ ਦਿਖਾ ਦਾਂ ਪਰ ਮੈਂ ਇੱਕ ਵਾਅਦਾ ਕਰਦਾ 6 ਤਰੀਕ ਨੂੰ ਤਮਾਸ਼ਾ ਦੇਖ ਲਿਓ 12 ਵਜੇ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਇਹ ਬੰਦਾ ਸੱਚਾ ਕਿ ਝੂਠਾ ਜੇ ਕੌਮ ਨਾ ਖੜੀ ਕੱਲ ਨੂੰ ਠੀਕ ਹੈ ਬਾਈ ਜੀ ਮੈਂ ਉਹ ਦੋਗਲਿਆਂ ਦੇ ਵਿੱਚੋਂ ਨਹੀਂ ਹੈਗਾ ਮੈਂ ਮੇਰੀ ਗੱਲ ਸੁਣ ਲਓ ਇੱਕ ਹੋਰ ਪਿੰਡ ਹੈ ਮੇਰਾ ਖੇੜੀ ਨਗਾਈਆ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਘੱਗੇ ਦੇ ਨਾਲ ਮੇਰਾ ਪਿੰਡ ਹੈ ਮੇਰਾ ਪੱਕਾ ਘਰ ਉਹੀ ਹੈ ਮੈਂ ਭੱਜਣ ਦਾ ਲੱਗਿਆ ਨਹੀਂ ਕਿਤੇ ਜੇ ਕੌਮ ਨੇ ਮੈਨੂੰ ਸਾਥ ਦੇਤਾ ਜੇ ਮੋਰਚਾ ਫਤਿਹ ਹੁੰਦਾ ਵੀ ਮੁੜ ਕੇ ਮੈਂ ਦਿਖੂੰਗਾ ਨਹੀਂ ਜਾਂ ਮੈਂ ਇਸ ਟਾਵਰ ਤੋਂ ਉੱਤਰ ਗਿਆ ਉਹ ਤਾਂ ਵੀ ਮੈਂ ਆਪਦਾ ਐਲਾਨ ਕਰਿਆ ਹੋਇਆ ਵੀ ਮੇਰੇ ਖਾਨਦਾਨ ਤੇ ਕਲੰਕ ਲਾ ਦਿਓ ਕਲੰਕ ਮੈਂ ਕੌਮ ਦੇ ਵਿਚਾਲੇ ਖੜ ਕੇ ਆਪਦਾ ਗਲ ਵਢਾਊਂਗਾ ਜੇ ਮੇਰੇ ਤੇ ਕੋਈ ਦੋਸ਼ ਸਾਬਤ ਕਰ ਦੇ ਜੇ ਮੈਂ ਇਹ ਟਾਵਰ ਤੋਂ ਉੱਤਰ ਗਿਆ ਬਿਨਾਂ ਮੋਰਚਾ ਫਤਿਹ ਕਰੇ ਹੋਰ ਬਾਈ ਜੀ ਮੈਂ ਕੀ ਆਪਦਾ ਅੰਦਰ ਪੜ ਗਿਆ ਜੀ ਇੱਕ ਜਿਹੜਾ ਉਹ ਤੁਹਾਡਾ ਸੀ ਵੀ ਮਤਲਬ ਤੁਸੀਂ ਕਿਹਾ ਵੀ 6 ਤਰੀਕ ਤੱਕ ਤੁਸੀਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਮਤਲਬ ਇਹ ਮੇਰਾ ਸਮਾਂ ਵੀ ਇੱਥੇ ਤੱਕ ਜਿਹੜਾ ਹੈਗਾ ਅਲਟੀਮੇਟਮ ਦਿੱਤਾ ਹੋਇਆ ਜੀ 5 ਤਰੀਕ ਦਾ ਅਲਟੀਮੇਟਮ ਦਿੱਤਾ ਹੋਇਆ ਵੀਰੇ ਜੇ ਸਰਕਾਰ ਉਦੋਂ ਤੱਕ ਤੁਹਾਡੀ ਗੱਲ ਨਹੀਂ ਮੰਨਦੀ ਤਾਂ ਤੁਹਾਡਾ ਕੀ ਫੈਸਲਾ ਤੁਸੀਂ ਕਿਹਾ ਹੋਇਆ ਲੋਕਾਂ ਨੂੰ ਦੇਖੋ ਵੀਰ ਜੀ ਗੁਰੂ ਉੱਪਰ ਦੀ ਕੁਛ ਨਹੀਂ ਹੈਗਾ ਜੇ ਗੁਰੂ ਦਾ ਸਤਿਕਾਰ ਹੈ ਤਾਂ ਆਪਣੀ ਪੱਗ ਉੱਚੀ ਆ ਨਹੀਂ ਆਪਾਂ ਮਿੱਟੀ ਆ ਆਪਾਂ ਸਿੱਖ ਕਹਾਉਣ ਦੇ ਲਾਇਕ ਨਹੀਂ ਹੈਗੇ ਠੀਕ ਹੈ ਜੀ ਜੋ ਮੇਰੇ ਅੰਦਰ ਦੀ ਭਾਵਨਾ ਉੱਠੀ ਹੋਈ ਹੈ ਇਸ ਟਾਈਮ ਜਾਂ ਤਾਂ ਮੋਰਚਾ ਫਤਿਹ ਹੋਊਗਾ ਕਾਨੂੰਨ ਬਣੂਗਾ ਮੈਂ ਦਿੱਤੀ ਸੀ 5 ਤਰੀਕ ਕਿਉਂ ਕਿਉਂਕਿ ਨਾ ਮੈਨੂੰ ਬੜਾ ਭਰੋਸਾ ਸੀ ਕੌਮ ਤੇ ਵੀ ਮੇਰਾ ਕੋਈ ਪਰਸਨਲ ਮੈਟਰ ਤਾਂ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਇਹ ਟਾਵਰ ਚੁਣਿਆ ਆਪਾਂ ਮੈਂ ਉੱਤੇ ਬੈਠਿਆ ਔਖਾ ਬੈਠਿਆ ਸੌਖਾ ਬੈਠਿਆ ਉਹ ਵਾਹਿਗੁਰੂ ਮੈਨੂੰ ਆਪ ਸਾਹਮਣੇ ਨੇ ਮੈਨੂੰ ਕੋਈ ਪਰਵਾਹ ਨਹੀਂ ਪਰ ਮੈਨੂੰ ਕੌਮ ਤੇ ਬੜੀਆਂ ਉਮੀਦਾਂ ਸੀ ਵੀ ਕੌਮ ਮੇਰਾ ਸਾਥ ਦਊਗੀ ਜਦੋਂ 12 ਤਰੀਕ ਤੋਂ ਲਾ ਕੇ 20 ਤਰੀਕ ਤੱਕ ਕੌਮ ਨੇ ਸਾਥ ਨਾ ਦਿੱਤਾ 5-7 ਬੰਦੇ ਹੁੰਦੇ ਸੀ ਥੱਲੇ ਤਾਂ ਮੈਨੂੰ ਮਜਬੂਰਨ ਇਹ ਫੈਸਲਾ ਕਰਨਾ ਪਿਆ ਵੀ ਆਪਾਂ ਇਹ ਸੰਸਾਰ ਨੂੰ ਛੱਡ ਹੀ ਜਾਈਏ ਤਾਂ ਫਿਰ ਮੈਂ 5 ਨਵੰਬਰ ਤੱਕ ਦਾ ਟਾਈਮ ਦਿੱਤਾ ਸੀ ਸਿੱਖ ਪੰਥ ਨੂੰ ਵੀ ਤੇ ਸਰਕਾਰਾਂ ਨੂੰ ਵੀ ਤੁਸੀਂ ਭਾਈ ਸਾਥ ਦਿਓ ਤੇ 5 ਤਰੀਕ ਤੱਕ ਕਾਨੂੰਨ ਬਣਵਾ ਲਓ ਜੇ ਤੁਸੀਂ 5 ਤਰੀਕ ਤੱਕ ਸਾਥ ਨਹੀਂ ਦਿੰਦੇ ਕਾਨੂੰਨ ਨਹੀਂ ਬਣਾਉਂਦੇ ਤਾਂ ਮੈਂ 6 ਤਰੀਕ ਨੂੰ 12 ਵਜੇ ਜਗਾਰੇ ਛੱਡ ਕੇ ਚੜ੍ਹਦੀ ਕਲਾ ਦੇ ਨਾਲ ਮੈਂ ਆਪਣੇ ਸਰੀਰ ਨੂੰ ਖਤਮ ਕਰੂੰਗਾ ਉਹ ਮੇਰੀ ਇਹ ਸੋਚ ਹੈ ਵੀ ਕੀ ਪਤਾ ਯਾਰ ਮੇਰੇ ਖੂਨ ਡੁੱਲੇ ਤੁਸੀਂ ਖੜੇ ਹੋ ਜਾਣ ਲੋਕ ਇਹ ਜਿਉਂਦੇ ਤੇ ਤਾਂ ਭਰੋਸਾ ਕਰਦੇ ਨਹੀਂ ਕਿਉਂਕਿ ਇਹਨਾਂ ਦਾ ਵਿਸ਼ਵਾਸ ਟੁੱਟਿਆ ਪਿਆ
मरे तो भरोसा कर लेंगे, फिर मरे तो मेरिया दो मंगा होर ने नाल, वो भी सुन लो। ज्यौदे दी मेरी एक मंग है, गुरु ग्रंथ साहब का सत्कार बहाल करवाना, सख्त कानून बनाना, ठीक है जी। 6 तरीक नूं मैं शहादत पाउना, गुरु के चरणा जाना, तो मैं उतों कोई शहीद का टैग लैण की लोड़ नहीं, कौम देवे ना देवे मैनू कोई फर्क नहीं पैंदा। जदों मैं गुरु के प्यार दे विच अपनी शहादत दे रहा तां गुरु साहब मैनू गल बखड़ी च लैणगे भी हाँ भाई तू कौम नूं जगाउण दी बहुत कोशिश की लेकिन कौम ने तेरी एक नहीं सुनी, कोई नहीं पुत्रा आ जा, ठीक है। मैं उन्होंने चरणा च हाजरी लवानी है, मैनू किसी की कोई परवाह नहीं। जिवें मैं अपनी मौत नूं गले लाउना तां दो मंगा होर जुड़नगियां। दूजी मंग है अंबरसर शहर नूं पवित्र शहर का दर्जा देना, ठीक है जी। जो साडे संत जरनैल सिंह पिंडरावाले ने भी रखिया सी, असीं उन्हां दी बच्चे हां, उन्हां दी चेले हां। उदों बाद दे विच बेअदबियां फिर भी नहीं रुकदियां, मैनूं पता जिन्ना चिर आवाम कौम खड़ी नहीं हुंदी बेअदबियां कदे नहीं रुकदियां, क्योंकि इन्हां ने बेअदबियां लगातार कराउणियां ने। अपने इमोशनल दे नाल खेडणा, टॉर्चर करना है आपां नूं, ठीक है। तीजी मंग मेरी होगी, जिहड़ा बेअदबी वाले नूं सोधा लाऊगा उहनूं मारूगा, उहदे परिवार नूं अकाल तख्त साहब वालों साडे बापू दे घरों 1 करोड़ रुपया राशि दित्ती जावे, मदद राशि, क्योंकि उन्होंने परिवार भुखे मर रहे ने पिछों, जिन्हां ने भी बेअदबी वाले नूं मारिया सोधा लाया भाई। क्यों क्यों उह किसे दे हत्थां नहीं झाकण, जे उन्होंने घर का मुढ चलिया गया तो परिवार क्यों पिछों भुखा मरे है। ये 3 मंगा ने मेरिया, मेरी देह नूं फेर लांबू लाया जाए। जो मेरिया 3 मंगा पूरिया हो गई, तुसीं जिउंदे दा साथ नहीं देना तो मेरी मेरे शरीर का ही साथ दे दिओ। अपने आप खत्म कर लगा, पर इतिहास गुरु का जो हुक्म अपने आप मतलब आत्महत्या मतलब है ना ये करने का कदे भी नहीं रहा। असते तुहाडी सलामती की भी लंबिया उम्र की अरदास भी करते और यह भी आस करते भी सरकार तुहाडी गलबात सुने मतलब और तुहाडी जिहड़ा इस मंग वल जिहड़ा ध्यान दिता जाए, क्योंकि पंजाब दे विच इस तरह के रूप दे विच किसे सिख दा प्रदर्शन के रूप दे विच स्टावर दे उत्ते चढ़ना यह भी बड़ा मतलब हैरानीजनक जिहड़ा मामला। मतलब तुहानूं यह पुछणा चाहुंदा वी तुसीं सख्त कारवाई सख्त सजा कानूनी तौर पर की मंग करते हो, तुसीं किसे माहिर दे नाल कानूनी माहिर दे नाल जां किसे नाल कोई रैसला कीती वी की मंग की, मान लो सरकार तुहाडे कोल कल नूं आ जाए, उस तों पहलां सरकार नूं दसो जी की गुरजीत सिंह तुसीं मंग करदे हो, की कानून बनना चाहीदा। देखो वीर जी, सब तो पहला 15 दे विच जदों बेअदबी हुई है, बादल सरकार ने कानून बनाया सी 20 साल दा, ठीक है जी। कानून बना के राष्ट्रपति कोल जदों भेजिया तां राष्ट्रपति जवाब दे गया भी कल्ले गुरु ग्रंथ साहब दा नहीं सारे धर्मां दा रखो। फिर आई कैप्टन सरकार, कैप्टन सरकार ने सारे धर्मां दा गुरु ग्रंथ साहब भगवत गीता कुरान शरीफ ते बाइबल ये सारिआं नूं विच पा के फिर एक नवा कानून बना के फिर राष्ट्रपति कोल भेजिआ, फिर उन्हें फिर भी सैन नहीं करे, क्योंकि बाई जी यह जिम्मेवारियां बनदियां ने SGPC दियां, यह जिम्मेवारियां बनदियां ने अकाल तख्त साहब दे जथेदार दियां, पंजे तख्तां दे जथेदार दियां, ठीक है। जो असीं 9 साल दे विच जदों सारा कुछ ना किसी ने कोई उपराला किया तां यार ये कदम चुके है, आपदा आप खत्म करना भी मेरा यही ओह है भी की पता है मेरी शहादत नाले कौम खड़ी हो जाए, कौम जाग जाए, क्योंकि जो खून डुले है उदो कौम जागती है, एक बार तब जब मान लग गयो तभी रोस जाग गयो, की पता मेरे खून डुलन नाले इन्हों माड़ी मोटी नींद खुल जाए, इन्हों की जागते तो यह ज्यौदे तो साथ देंदे नहीं है, ठीक है। देख लिया आप हूँ कल का कट की इतने दिखा रंग वो कल पता लगेगा। देखो भाई जो सुनो वीर जी गल, जो इस टाइम कानून राष्ट्रपति दे टेबल ते पे है वह उम्र कैद वाला कानून है, उम्र भार वास्ते बंदा जेल च, असीं तां फांसी दा मंग करदे आ भी जिहड़ा भी साडे ग्रंथां दी चारे धर्मां दे ग्रंथां दी किसी की भी बेअदबी करदा है। देखो अपने गुरुआं ने सारे धर्मां दा सत्कार करिया, ठीक है जी। सिख राज दे विच अपने महाराजा रणजीत सिंह ने भी सारे धर्मां नूं बराबरता दित्ती है, आपां फिर नमाणे सिखां ਤਾਂ ਆਪਾਂ ਵੀ ਸਾਰੇ ਧਰਮਾਂ ਦਾ ਹੀ ਲੈ ਕੇ ਬੈਠੇ ਹਾਂ ਇੱਥੇ ਵੀ ਕਿਸੇ ਦੇ ਵੀ ਧਰਮ ਗ੍ਰੰਥ ਨਾਲ ਛੇੜਛਾੜ ਨਾ ਹੋਵੇ, ਠੀਕ ਹੈ ਜੀ। ਕਿਉਂਕਿ ਦੁਸ਼ਮਣ ਬੜੀਆਂ ਭੈੜੀਆਂ ਨੀਤੀਆਂ ਚੱਲ ਰਿਹਾ ਆਪਣੇ ਗ੍ਰੰਥਾਂ ਦੀ ਬੇਅਦਬੀ ਕਰਾ ਕੇ ਆਪਾਂ ਨੂੰ ਲੜਾਉਂਦਾ ਆਪਸ ਦੇ ਵਿੱਚ ਤੇ ਉਹ ਵੋਟਾਂ ਦੇ ਰੂਪ ਦੇ ਵਿੱਚ ਆਪਣੇ ਤੋਂ ਹਾਸਲ ਕਰਦੇ ਨੇ, ਠੀਕ ਹੈ ਜੀ।
ਤੇ ਮੈਂ ਤਾਂ ਇਹ ਚਾਹੁੰਦਾ ਵੀ ਫਾਂਸੀ ਦੀ ਸਜ਼ਾ ਹੋਵੇ। ਜੇ ਫਾਂਸੀ ਦੀ ਨਹੀਂ ਹੋ ਸਕਦੀ ਉਮਰ ਕੈਦ ਤਾਂ ਘੱਟ ਤੋਂ ਘੱਟ ਹੋਵੇ ਯਾਰ ਬੰਦੇ ਨੂੰ। ਓਏ ਘੱਟ ਤੋਂ ਘੱਟ ਉਹ ਸਜ਼ਾ ਤੋਂ ਡਰਦਾ ਮਾਰਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਂ ਨੇੜੇ ਲੱਗੇ, ਉਹ ਨਾ ਕਿਸੇ ਧਰਮ ਗ੍ਰੰਥ ਦੇ ਨੇੜੇ ਲੱਗੇ ਯਾਰ, ਨਾ ਬੇਅਦਬੀ ਹੋਵੇ। ਤੇ ਮੈਂ ਤਾਂ ਇਹ ਵੀ ਕਹਿਣਾ, ਇੱਧਰ ਮੇਰੀ ਗੱਲ ਸੁਣ ਲਓ ਜੀ, ਬੋਲੋ ਵੀਰ ਜੀ ਬੋਲੋ। ਜਿਹੜੀ ਮੰਗ ਹੈ ਤੁਹਾਡੀ ਇਹ ਬਿਲਕੁਲ ਜਾਇਜ਼, ਕਾਨੂੰਨ ਸਖ਼ਤ ਬਣਾਉਣ ਦੀ ਜਿਹੜੀ ਉਹ ਮੰਗ ਕਰਨੀ, ਇਹਦੇ ਵਿੱਚ ਕੋਈ ਵੀ ਮੇਰੇ ਖਿਆਲ 'ਚ ਕੋਈ ਵੀ ਅਜਿਹੀ ਗੱਲਬਾਤ ਨਹੀਂ ਹੈ। ਕਾਨੂੰਨ ਬਣਦੇ ਰਹਿੰਦੇ ਨੇ, ਕਾਨੂੰਨ ਬਦਲਦੇ ਵੀ ਰਹਿੰਦੇ ਨੇ। ਜਿਹੜੀ ਸੰਵਿਧਾਨ ਦੇ ਵਿੱਚ 2020-21 ਦੀ ਸੋਧ ਹੋਈ ਹੈ, ਉਹਦੇ ਵਿੱਚ ਜਿਸ ਤਰ੍ਹਾਂ ਕਤਲ ਦੀ ਧਾਰਾ ਨੂੰ ਹੋਰ ਧਾਰਾ ਦੇ ਵਿੱਚ ਤਬਦੀਲ ਕੀਤਾ ਗਿਆ ਹੈ, ਬੇਅਦਬੀ ਦੀ ਧਾਰਾ ਨੂੰ ਹੋਰ, ਮਤਲਬ ਜਿਹੜੀਆਂ ਕਈ ਤਰ੍ਹਾਂ ਦੀਆਂ ਧਾਰਾਵਾਂ ਨੇ ਉਹਨਾਂ ਨੂੰ ਵਾਧਾ ਘਾਟਾ ਕਰਕੇ ਕੀਤਾ ਗਿਆ ਐਡਜਸਟਮੈਂਟ, ਤਾਂ ਇਹ ਮੰਗ ਤੁਹਾਡੀ ਬਿਲਕੁਲ ਜਾਇਜ਼ ਆ। ਬਸ ਜਿਹੜਾ ਤੌਰ ਤਰੀਕਾ ਹੈ ਤੁਹਾਡਾ ਉਹਨੂੰ, ਜਦੋਂ ਅਸੀਂ ਜਿਹੜਾ, ਕਿਉਂਕਿ ਤੁਸੀਂ ਵੀ ਸਿੱਖ ਹੋ, ਚਲੋ ਮੈਂ ਪੱਤਰਕਾਰੀ ਵੀ ਕਰਦਾ ਪਰ ਮੈਂ ਵੀ ਇੱਕ ਸਿੱਖ ਪਰਿਵਾਰ ਦੇ ਵਿੱਚੋਂ, ਤਾਂ ਉੱਥੇ ਹੋ ਜਾਂਦਾ ਵੀ ਜੇ ਕੋਈ ਆਦਮੀ ਆਪਣੇ ਆਪ ਨੂੰ ਖਤਮ ਕਰੂਗਾ ਜਾਂ ਛਾਲ ਮਾਰੂਗਾ ਜਾਂ ਆਪਣੇ ਆਪ ਨੂੰ ਕਿਸੇ ਹੋਰ ਦਿੱਤਾ, ਉਹ ਉੱਥੇ ਹੋ ਜਾਂਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਔਰ ਅਸੀਂ ਤੁਹਾਨੂੰ ਅਪੀਲ ਵੀ ਕਰਦੇ ਹਾਂ ਔਰ ਸਰਕਾਰ ਨੂੰ ਵੀ ਤੁਹਾਡੀ ਜਿਹੜੀ ਮੀਡੀਆ ਰਾਹੀਂ ਇਹ ਜਿਹੜੀ ਕੋਸ਼ਿਸ਼ ਹੋਈ ਵੀ ਸਰਕਾਰ ਤੁਹਾਡੀ ਜਿਹੜੀ ਮੰਗ ਵੱਲ ਧਿਆਨ ਦੇਵੇ। ਤੁਹਾਡੇ ਟਾਵਰ ਦੀ ਜਿਹੜੀ ਹੈਗੀ ਹੈ ਸਥਿਤੀ ਬਾਰੇ ਮੈਂ ਥੋੜ੍ਹਾ ਜਿਹਾ ਹੋਰ, ਕਿਉਂਕਿ ਅਸੀਂ ਬੜੀ ਕਲੋਜ਼ ਗੱਲਬਾਤ ਕਰ ਰਹੇ, ਇੱਕ ਤਾਂ ਤੁਸੀਂ ਮੈਨੂੰ ਉੱਥੋਂ ਦੇ ਇੱਕ ਦੋ ਕਲਿੱਪ ਜਿਹੜੇ ਆ ਜ਼ਰੂਰ ਕਿਰਪਾ ਕਰਕੇ ਆਪਣੇ ਭੇਜ ਦਿਓ ਵੀ ਉੱਥੇ ਜਿਹੜੀ, ਕਿਉਂਕਿ 400 ਫੁੱਟ ਉੱਚਾ, ਮੈਂ ਪਹਿਲਾਂ ਵੀ ਗੱਲ ਕਿਹਾ ਵੀ ਜਿੱਦਾਂ ਬੰਦੇ ਪ੍ਰਦਰਸ਼ਨ ਕਰਦੇ ਨੇ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਨੇ, ਇਹ ਆਮ ਹੈ। ਮਾਸਟਰ ਚੜ ਗਏ, ਕਦੇ ATT ਅਧਿਆਪਕ ਚੜ ਗਏ, ਕਦੇ DED ਵਾਲੇ ਚੜ ਗਏ ਵੀ ਸਾਨੂੰ ਨੌਕਰੀ ਦਿਓ। ਉਹਦੀ ਉਚਾਈ ਜਿਹੜੀ ਆ ਉਹ 100 ਫੁੱਟ, 150 ਫੁੱਟ, 200 ਫੁੱਟ ਤਕਰੀਬਨ ਇਹ ਇੰਨੀ ਕੁ ਹੁੰਦੀ ਹੈ। ਤੁਸੀਂ 400 ਫੁੱਟ ਉੱਚੇ ਟਾਵਰ ਤੇ ਹੈਗੇ, ਔਰ ਠੀਕ ਹੈ ਅਕਾਲ ਪੁਰਖ ਪਰਮਾਤਮਾ ਤੇ ਉਹ ਪੈਦਾ ਹੋਣ ਤੋਂ ਲੈ ਕੇ ਅਖੀਰ ਤੱਕ ਮਹਾਰਾਜ ਦੇ ਬੰਦਾ ਹੁਕਮ 'ਚ ਆ, ਆਪਾਂ ਤਾਂ ਖਿਡਾਉਣੇ ਆਉਂਦੇ ਖੇਡ ਰਹੇ ਹਾਂ, ਪਰ ਤੁਸੀਂ ਕਿਵੇਂ ਪ੍ਰਬੰਧ ਕੀਤਾ ਇੱਥੇ ਮੌਸਮ, ਕਿਉਂਕਿ ਸ਼ਾਮ ਨੂੰ ਬਹੁਤ ਠੰਡਾ ਹੋ ਜਾਂਦਾ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਜ਼ਰੂਰ ਦੱਸ ਦਿਓ ਜੀ। ਸੰਗਤ ਪਿਆਰਨਾ ਚਾਹੁੰਦੀ ਵੀ ਜਿਹੜਾ ਵਿਅਕਤੀ ਇੰਨਾ ਉੱਚਾ ਬੈਠਾ, ਕੀ ਪ੍ਰਬੰਧ ਕਰਕੇ ਬੈਠਾ? ਦੇਖੋ ਵੀਰ ਜੀ, ਪ੍ਰਬੰਧ ਮੇਰੇ ਕੋਲ, ਕੱਲ ਮੇਰਾ ਛੋਟਾ ਭਾਈ ਗੁਰਜੰਟ ਸਿੰਘ ਮੇਰੇ ਕੋਲ ਹੀ ਬੈਠਾ, ਜਿਹੜਾ ਮੇਰਾ ਰੋਜ਼ ਪਾਣੀ ਲੈ ਕੇ ਆਉਂਦਾ, ਠੀਕ ਹੈ। ਇਹ ਸਿੰਘ ਮੇਰੇ ਦਰਦ ਨੂੰ ਰੋਜ਼ ਦੇਖਦਾ ਸੀ। ਉੱਤਰ ਮੇਰੇ ਉੱਪਰ ਇਸ ਟਾਵਰ ਦੇ ਕਬੂਤਰ ਰਹਿੰਦੇ ਨੇ, ਜਿੱਥੇ ਮੈਂ ਆਪਣਾ ਹੁਣ ਬੈਠਿਆ। 2 ਫੁੱਟ ਤਾਂ ਇਹਦੀ ਚੜਾਈ ਹੈ, 6.5 ਫੁੱਟ ਲੰਬਾਈ ਹੈ ਇਸ ਜਗ੍ਹਾ ਦੀ, ਠੀਕ ਹੈ ਜੀ, ਜਿੱਥੇ ਮੈਂ ਆਪਦਾ ਆਸਣ ਲਾਇਆ। ਪਹਿਲਾਂ ਮੇਰੇ ਕੋਲ ਇੱਕ ਚਾਦਰ ਤੇ ਇੱਕ 2 ਫੁੱਟ ਦੇ ਵਿੱਚ ਹੀ ਪੈਂਦਾ ਵੀਰੇ, ਮੈਂ 6.5 ਫੁੱਟ ਇਹਦੀ ਲੰਬਾਈ ਹੈ, 6 ਫੁੱਟ ਮੇਰਾ ਕੱਦ ਹੈ, 1.5 ਫੁੱਟ ਜਗ੍ਹਾ ਬਚਦੀ ਹੈ ਪਿੱਛੇ, ਠੀਕ ਹੈ ਜੀ। ਤੇ ਦੂਜਾ ਨੰਬਰ ਉਦੋਂ ਬਾਅਦ ਦੇ ਵਿੱਚ, ਮਤਲਬ ਉਰੇ ਹਾਲਾਤ ਇੰਨੇ ਮਾੜੇ ਨੇ, ਉੱਪਰ ਕਬੂਤਰ ਰਹਿੰਦੇ ਨੇ ਮੇਰੇ, ਮੈਂ ਤੁਹਾਨੂੰ ਵੀਡੀਓ ਵੀ ਪਾ ਦੂੰਗਾ। ਉਹ ਹੁਣ ਆਉਣੇ ਸ਼ੁਰੂ ਹੋ ਗਏ ਤਾਂ ਉਹਨਾਂ ਦੀਆਂ ਬਿੱਠਾਂ ਵੀ ਮੇਰੇ ਉੱਪਰ ਹੀ ਪੈਂਦੀਆਂ ਨੇ, ਠੀਕ ਹੈ ਜੀ। ਤਾਂ ਆਲੇ ਦੁਆਲੇ ਵੀ ਬਿੱਠਾਂ ਦਾ ਬਹੁਤ ਬੁਰਾ ਹਾਲ ਹੈ, ਬਹੁਤ ਮਤਲਬ ਹਾਲਤ ਖਰਾਬ ਹੈ। ਪਰ ਇਹ ਮੇਰਾ ਬੱਬਰ ਸ਼ੇਰ ਭਾਈ ਮੇਰੇ ਕੋਲ ਹੀ ਬੈਠਿਆ, ਇਹ ਡੇਲੀ ਸਫਾਈ ਕਰਕੇ ਜਾਂਦਾ, ਨਾਲੇ ਤਾਂ ਬਿਸਤਰਾ ਝਾੜ ਕੇ ਜਾਂਦਾ, ਨਾਲੇ ਆਲੇ ਦੁਆਲੇ ਸਫਾਈ ਕਰਕੇ ਜਾਂਦਾ ਵੀ ਖਾਲਸਾ ਜੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਇੱਥੋਂ ਕੋਈ ਬਿਮਾਰੀ ਨਾ ਲੱਗ ਜੀ, ਠੀਕ ਹੈ ਜੀ। ਮੈਂ ਇਸ ਭਰਾ ਦਾ, ਮੇਰੇ ਗੁਰਜੰਟ ਸਿੰਘ ਭਰਾ ਦਾ, ਬੜੀ ਖਤਰਨਾਕ ਜੀ ਸਥਿਤੀ ਆ, ਕਿਉਂਕਿ 2 ਫੁੱਟ ਜਗ੍ਹਾ ਤੁਹਾਡੇ ਕੋਲੇ, 400 ਫੁੱਟ ਉੱਚਾ, ਤੁਸੀਂ ਸਿਰਫ 2 ਫੁੱਟ ਤੇ ਲੇਟੇ ਹੋਏ ਹੋ, ਮਤਲਬ ਬੰਦਾ ਇੱਕ ਇੱਦਾਂ ਨੂੰ ਅੰਗੜਾਈ ਵੀ ਨਹੀਂ ਲੈ ਸਕਦਾ, ਪਾਸਾ ਲੈ ਕੇ ਪੈ ਜਾਵੇ, ਬੜਾ ਔਖਾ ਹੈ ਮਤਲਬ ਇਹ, ਤਾਂ ਪ੍ਰਸ਼ਾਸਨ ਤੁਹਾਡੀ ਤਸਵੀਰ ਨਹੀਂ ਸਮਝ ਰਿਹਾ? ਨਾ 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 ਨਾ, ਉਹਨਾਂ ਨੇ ਤਾਂ, ਤੁਸੀਂ ਕਹਿ ਰਹੇ ਹੋ ਨਾ ਵੀ ਆਵਾਮ ਨੂੰ ਵਿਸ਼ਵਾਸ ਕਿਵੇਂ ਕਰੇ, ਜੇ ਉਹਨਾਂ ਨੇ ਲਾਉਣ ਦੇ ਸਾਰੇ ਯਤਨ ਅਪਣਾ ਲਏ। ਲਾਲਚ ਤੱਕ ਯਾਰ, ਮੈਂ ਜੇ ਦੋਗਲਾ ਹੁੰਦਾ ਅੱਜ ਨੂੰ ਮੈਂ ਆਪਦੇ ਘਰੇ ਕੋਈ ਨਾ ਕਰੋੜ ਵਾਲੀ ਗੱਡੀ ਲੈ ਕੇ ਬੈਠਿਆ ਹੁੰਦਾ, ਠੀਕ ਹੈ, ਨਾ ਮੈਨੂੰ ਛੇੜੋ ਮੇਰੇ ਵੀਰ, ਮੈਂ ਅੰਦਰੋਂ ਭਰਿਆ। ਹਾਂਜੀ, ਸਰਕਾਰ ਨੇ ਹੇਠਾਂ ਆਉਣ ਲਈ ਕੋਈ ਲਾਲਚ ਵੀ ਦਿੱਤਾ? ਮਹਾ ਬਾਈ ਜੀ, ਸਾਰੇ ਯਤਨ ਅਪਣਾ ਲਏ ਉਹਨਾਂ ਨੇ, ਡਰਾ ਕੇ ਉਹਨਾਂ ਨੇ ਦੇਖ ਲਿਆ, ਟੌਰਚਰ ਉਹਨਾਂ ਨੇ ਕਰ ਲਿਆ, ਲਾਲਚ ਸਭ ਕੁਛ ਉਹਨਾਂ ਨੇ ਦੇ ਲਿਆ ਵੀ ਤੂੰ ਦੱਸ ਯਾਰ ਚਾਹੀਦਾ ਕੀ ਹੈ, ਠੀਕ ਹੈ। ਪਰ ਬਾਈ ਜੀ, ਇਹ ਦੋਗਲੇ ਸਿੱਖ ਨਹੀਂ ਹੈਗੇ, ਇਹ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਨੇ। ਕੱਲ ਨੂੰ ਆਵਾਮ ਇਹ ਨਾ ਕਹਿ ਦੇ ਵੀ ਇਹ ਬਾਬਾ ਵਿਧੀ ਚੰਦ ਦੀ ਰੀਸ ਕਰਦੇ ਨੇ, ਅਸੀਂ ਉਹਨਾਂ ਦੀ ਇੱਕ ਉਦਾਹਰਣ ਦਿੱਤੀ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਨਾ, ਉਹੀ ਬਹੁਤ ਹੈ। ਉਦਾਹਰਣ ਦਿੱਤੀ ਹੈ ਕਿਉਂਕਿ ਅਸੀਂ ਬਾਜਾਂ ਵਾਲੇ ਦੇ ਪੁੱਤ ਕਹਾਉਣੇ ਆ, ਸਾਰੇ ਦੇ ਸਾਰੇ ਸਿੱਖ ਕਹਾਉਣੇ ਆ ਕਿ ਨਹੀਂ ਬਾਈ ਜੀ ਜਸਵੀਰ? ਤਾਂ ਸਾਨੂੰ ਉਦਾਹਰਣ ਉਹਨਾਂ ਦੀ ਹੀ ਦੇਣੀ ਪਊਗੀ, ਵਿਸ਼ਵਾਸ ਆਪਦੇ ਪਿਤਾ ਤੇ ਕਰਨਾ ਪਊਗਾ। ਜਦੋਂ ਆਪਾਂ ਕੌਮੀ ਕਾਰਜ ਕਰਦੇ ਆ, ਮੈਨੂੰ ਇੱਥੇ ਗੁਰੂ ਸਾਹਿਬ ਦੇ ਥਾਪੜੇ ਨਾਲ ਮੈਂ ਬੈਠਿਆ, ਇਹ 2 ਫੁੱਟ ਦੀ ਜਗ੍ਹਾ ਦੇ ਵਿੱਚ ਬੈਠਣ ਵਾਲਾ, ਕੋਈ ਉਰੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ, ਕੋਈ ਹਲਕਾ ਬੰਦਾ ਹੁੰਦਾ ਅੱਜ ਨੂੰ ਜਾਂ ਥੱਲੇ ਉੱਤਰ ਜਾਂਦਾ ਜਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ।
पर मेरा दिमाग पूरा दुरुस्त, मेरा शरीर पूरा कायम, जेड़ी एदी वाइब्रेशन है ये हलदा पता किन्ना है जसवीर भाई, ये आए झूलदा गोल गोल हलदा गोल पूरे का पूरा, हवा 150 दी स्पीड ते चलदी है रात नूं, ठीक है जसवीर मेरे, और आए हलदा है आए गोल हलदा है, आए नहीं हलदा भी आए झूल दिंदा ना, आए हलदा पूरे का पूरा। आपां मालक दी मौज दे विच बैठे रहने आ भी जदों सच्चे पातशाह दा ओट आसरा है, जदों यार हाथी बाजां वाले पिता नूं फड़ाता फिर आपां नूं कहना फिकर ओह मारे छड्डे जो कराउणा आपे करा लूगा दाता, आपां नूं कहना फिकर जी, ते जिहड़ा मेरा शरीर आ पूरा तंदुरुस्त है जी जी। ਮੰਦਭਾਗੀਆਂ ਨੇ ਕਿਤੇ ਕਿਤੇ ਸਾਡਾ ਫੇਲੀਅਰ ਹੈ ਪਰ ਇਹ ਨਹੀਂ ਹੋਣੀਆਂ ਚਾਹੀਦੀਆਂ ਸੀ, ਔਰ ਉਹਨਾਂ ਨੇ ਕਿਹਾ ਅਸੀਂ ਕਾਨੂੰਨ ਸਖ਼ਤ ਬਣਾਉਣ ਲੱਗੇ ਹਾਂ, ਚਲੋ ਮਾੜੀ ਮੋਟੀ ਉਹਨਾਂ ਨੇ ਉਦੋਂ ਕਾਰਵਾਈ ਵੀ ਕੀਤੀ ਜਿਹੜੀ ਨਹੀਂ ਕੀਤੀ, ਅੱਜ ਉਹਨਾਂ ਦਾ ਚਿਹਰਾ ਨੰਗਾ ਵੀ ਹੋ ਰਿਹਾ। ਉਹ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਹੁੰ ਖਾਧੀ ਨੂੰ, ਮੇਰੀ ਇੱਕ ਵਾਰੀ ਸਰਕਾਰ ਲਿਆ ਦੋ ਜੀ ਮੈਂ ਬੰਦੇ 4 ਹਫ਼ਤਿਆਂ 'ਚ ਫੜ ਲੂੰਗਾ, ਕੌਮ ਨੇ ਸਰਕਾਰ ਲਿਆ ਦੀ ਬੰਦੇ ਨਾ ਫੜੇ। ਹੁਣ ਭਗਵੰਤ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਕਿਹਾ ਸੀ ਵੀ 24 ਘੰਟੋਂ ਮੈਂ ਹਮ ਬੇਅਦਬੀ ਕੇ ਦੋਸ਼ੀ ਪਕੜੇਂਗੇ, ਕੇਜਰੀਵਾਲ ਨੇ ਕਿਹਾ ਸੀ ਇਹ ਵੀ ਨੇ, ਤਾਂ ਚਲੋ ਜਿਹੜੇ ਬੀਤ ਗਏ ਉਹ ਲੰਘ ਗਏ, ਜਿਹੜਾ ਸਮਾਂ ਜਿਹੜਾ ਨੇ ਰਾਜ ਕਰਨਾ ਸੀ ਕਰ ਲਿਆ, ਉਹਨਾਂ ਦੇ ਸਵਾਲ ਉਹਨਾਂ ਦੇ ਨਾਲ ਹੀ ਤੁਰ ਗਏ। ਪਰ ਭਗਵੰਤ ਮਾਨ ਦੀ ਸਰਕਾਰ ਦੇ ਕੋਲ 2.5 ਸਾਲ ਤਾਂ ਜੀ ਸਿੱਧੇ ਪਏ ਨੇ, ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਤੁਹਾਡਾ ਕੋਈ ਅਹਿਮ ਸੁਨੇਹਾ, ਹੋ ਸਕਦਾ ਸਾਡੀ ਵੀਡੀਓ ਹੀ ਉਹਨਾਂ ਤੱਕ ਪਹੁੰਚ ਜਾਵੇ, ਯੂਕੇ ਯੂਰਪ ਦੇ ਵਿੱਚ ਸਿੱਖਾਂ ਨੇ ਦੇਖਣੀ ਹੈ, ਕੋਈ ਉਹਨਾਂ ਨੂੰ ਸੁਨੇਹਾ। ਔਰ ਉਸ ਤੋਂ ਬਾਅਦ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਜੀ ਹੋਣੀ, ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਸਾਜੇ ਜਹੇਦਾਰ ਨੇ, ਭਾਈ ਹਰਪ੍ਰੀਤ ਸਿੰਘ ਜੀ ਉੱਧਰ ਜਿਹੜੇ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵੀ ਨੇ, ਔਰ ਨਾਲ ਹੀ ਸਰਬੱਤ ਖਾਲਸਾ ਵਾਲੇ ਜਹੇਦਾਰ ਭਾਈ ਧਿਆਨ ਸਿੰਘ ਮੰਡ ਹੋਣੀ ਕਾਰਜਕਾਰੀ, ਉਹੀ ਕਹਿੰਦੇ ਰਹਿ ਗਏ ਨੇ। ਦਾਦੂਵਾਲ ਸਾਹਿਬ ਹਰਿਆਣਾ ਕਮੇਟੀ ਚਲ ਗਏ, ਅਜਨਾਲਾ ਸਾਹਿਬ ਨੇ ਅਸਤੀਫਾ ਦਿੱਤਾ ਸੀਗਾ, ਇਹਨਾਂ ਸਾਰੇ ਜਥੇਦਾਰਾਂ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕੀ ਤੁਹਾਡਾ ਸੁਨੇਹਾ ਜਲਦੀ ਜਲਦੀ? ਦੇਖੋ ਵੀਰ ਜੀ ਮੈਂ ਤਾਂ ਇੱਕ ਗੱਲ ਕਹਿਣਾ, ਜੇ ਤਾਂ ਆਪਦੇ ਆਪ ਨੂੰ ਸਮਝਦੇ ਹੋ ਸਿੱਖ, ਮੈਂ ਸਾਰਿਆਂ ਨੂੰ ਇੱਕੇ ਲਵੇਟੇ ਦੇ ਵਿੱਚ ਲੈਣਾ, ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਮੈਂ ਲੈਣਾ ਹੈਗਾ, ਮੈਂ ਸਾਰਿਆਂ ਨੂੰ ਇੱਕ ਲਵੇਟੇ ਦੇ ਵਿੱਚ ਲੈ ਕੇ ਇੱਕੇ ਹੱਥ ਜੋੜ ਕੇ ਬੇਨਤੀ ਕਰਦਾ, ਜੇ ਤਾਂ ਸਮਝਦੇ ਹੋ ਆਪਦੇ ਆਪ ਨੂੰ ਸਿੱਖ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹੀ ਬੱਚੇ ਹਾਂ, ਕਿਉਂਕਿ ਬਾਜਾਂ ਵਾਲੇ ਪਿਤਾ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ, ਆਪਾਂ ਸਾਰੇ ਮੰਨਦੇ ਵੀ ਹਾਂ, ਚਾਹੇ ਲੀਡਰ ਨੇ ਚਾਹੇ ਆਪਣੇ ਜਥੇਦਾਰ ਨੇ ਚਾਹੇ ਯਾਰ ਪੰਥਕ ਪ੍ਰਚਾਰਕ ਨੇ ਕਥਾਵਾਚਕ ਨੇ ਢਾਡੀ ਜਥੇ ਨੇ ਸਾਰੇ ਹੀ ਵਿੱਚ ਆ ਗਏ, ਠੀਕ ਹੈ ਵੀਰੇ। ਮੈਂ ਆਹ ਦੇਖੋ ਹੱਥ ਜੋੜ ਕੇ ਬੇਨਤੀ ਕਰਦਾ ਆਪਦੇ ਕੌਮ ਦੇ ਸਿੱਖਾਂ ਨੂੰ, ਉਹ ਭਾਈ ਗੁਰੂ ਦੀ ਬੇਅਦਬੀ ਰੋਕ ਲਓ, ਏ ਮੈਂ ਹੱਥ ਜੋੜਦਾ ਤੁਹਾਡੇ ਅੱਗੇ, ਇਹ ਸਰਕਾਰਾਂ ਓਨਾ ਚਿਰ ਕੁਛ ਨਹੀਂ ਕਰਦੀਆਂ, ਮੇਰੇ ਤੋਂ ਲਿਖ ਕੇ ਲੈ ਲਓ, ਜੇ ਕਰਨਾ ਹੁੰਦਾ ਬਾਦਲ ਹੀ ਕਰਦਾ ਦੇ, ਜੇ ਕਰਨਾ ਹੁੰਦਾ ਕੈਪਟਨ ਅਮਰਿੰਦਰ ਹੀ ਕਰਦਾ ਦਾ, ਜੇ ਕਰਨਾ ਹੁੰਦਾ 3 ਸਾਲ ਇਹਨਾਂ ਨੂੰ ਲੰਘੇ ਹੁਣ ਨੂੰ ਇਹ ਵੀ ਕਰਦਾ ਦੇ, ਮੈਂ ਅੱਕ ਕੇ ਇਸ ਟਾਵਰ ਤੇ ਚੜਿਆ। ਜੇ ਤੁਸੀਂ ਨਹੀਂ ਭਰੋਸਾ ਕਰਨਾ ਤਾਂ 16 ਤਰੀਕ ਨੂੰ ਮੇਰਾ ਵੀਰ ਉਰੇ ਜ਼ਰੂਰ ਦੇਖ ਲਿਓ, 12 ਵਜੇ ਗੱਜ ਕੇ ਜਾਊਂਗਾ, ਇਸ ਸੰਸਾਰ ਤੇ ਖੂਨ ਦੇ ਛਿੱਟੇ ਪਾ ਕੇ ਜਾਊਂਗਾ, ਜਿੰਨੇ ਵੀ ਅੱਜ ਤੱਕ ਪੰਥ ਕਹਾਉਂਦੇ ਨੇ ਪਰ ਕਰਿਆ ਕੱਖ ਨਹੀਂ, ਗੁਰੂ ਸਾਹਿਬ ਨੂੰ ਆਪਣਾ ਪਿਤਾ ਕਹਿੰਦੇ ਨੇ ਪਰ ਆਪਦੇ ਪਿਤਾ ਵਾਸਤੇ ਇਹ ਕੱਖ ਦਾ ਉਪਰਾਲਾ ਨਹੀਂ ਕਰਿਆ ਇਹਨਾਂ ਨੇ, ਜੇ ਕਰਿਆ ਗੋਗਲੂਆਂ ਤੋਂ ਮਿੱਟੀ ਝਾੜੀ ਹੈ, ਜੇ ਕਰਿਆ ਮੋਰਚੇ ਲਾਏ ਨੇ ਵੇਚੇ ਨੇ ਭੱਜੇ ਨੇ ਮੋਰਚਿਆਂ ਦੇ ਵਿੱਚੋਂ, ਇੱਥੇ ਉਹ ਕੰਮ ਨਹੀਂ ਹੈਗਾ, ਨਾ ਇਹ ਮੋਰਚਾ ਵਿਕੂਗਾ ਨਾ ਝੁਕੂਗਾ ਨਾ ਇਹ ਮੋਰਚੇ ਦੇ ਕੋਈ ਦਾਗ ਲਾਉਣ ਵਾਲਾ ਕੋਈ ਜੰਮਿਆ, ਕਿਉਂਕਿ ਇਹ ਬਾਜਾਂ ਵਾਲੇ ਪਿਤਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪ ਮੋਰਚਾ ਲਵਾਇਆ, ਠੀਕ ਹੈ। ਜੇ ਹਲਕਾ ਬੰਦਾ ਹੁੰਦਾ ਮੈਂ ਕੋਈ ਵਕਿਆਊ ਚੀਜ਼ ਹੁੰਦਾ ਅੱਜ ਨੂੰ ਮੈਂ ਥੱਲੇ ਹੁੰਦਾ, ਠੀਕ ਹੈ ਬਾਈ ਜੀ। ਮੈਂ ਆਪਣੇ ਪੰਥ ਨੂੰ ਆਪਣੇ ਲੀਡਰਾਂ ਨੂੰ ਆਪਣੇ ਜਥੇਦਾਰਾਂ ਨੂੰ ਸਾਰਿਆਂ ਨੂੰ ਇੱਕੇ ਲਪੇਟੇ ਦੇ ਵਿੱਚ ਲੈ ਕੇ ਹੱਥ ਜੋੜ ਕੇ ਬੇਨਤੀ ਕਰਦਾ, ਆਪਦੇ ਪਿਓ ਦੀ ਪੱਗ ਬਚਾ ਲਓ, ਓਏ ਆਪਦੇ ਪਿਓ ਦੀ ਪੱਗ ਬਚਾ ਲਓ, ਬਹੁਤ ਗੰਦੇ ਤਰੀਕਿਆਂ ਨਾਲ ਬੇਅਦਬੀ ਹੋ ਰਹੀ ਹੈ, ਪਿਸ਼ਾਬ ਤੱਕ ਕਰਾਤਾ ਗੁਰੂ ਗ੍ਰੰਥ ਸਾਹਿਬ ਤੇ, ਹੋਰ ਤੁਸੀਂ ਕਿੰਨਾ ਕਿੰਨਾ ਮੋਸ਼ੀ ਵੱਲ ਜਾਓਗੇ, ਕਦੋਂ ਜਾਗੋਗੇ? ਅੱਜ ਵਰਲਡ ਦੇ ਵਿੱਚ ਆਪਣੀ ਬੇਇੱਜ਼ਤੀ ਹੋ ਰਹੀ ਹੈ ਵੀ ਸਾਰੇ ਪੰਜਾਬ ਦੇ ਹਰਿਆਣੇ ਦੇ ਸਿੱਖ ਸੁੱਤੇ ਪਏ ਨੇ, ਨਮਰਦ ਬਣ ਗਏ ਨਮਰਦ, ਗੁਰੂ ਸਾਹਿਬ ਨੇ ਨਹੀਂ ਆਪਾਂ ਨੂੰ ਇਹ ਹੁਕਮ ਕਰਿਆ, ਗੁਰੂ ਸਾਹਿਬ ਨੇ ਕਿਹਾ ਤੁਹਾਡਾ ਖਾਣਾ ਪੀਣਾ ਹਰਾਮ ਹੈ, ਜੇ ਗੁਰੂ ਦੀ ਕੋਈ ਬੇਅਦਬੀ ਕਰਦਾ ਉਹਨੂੰ ਥਾਂ ਤੇ ਝਟਕਾ ਦਿਓ, ਜੇ ਨਹੀਂ ਹੁਕਮ ਹੈਗਾ ਤਾਂ ਦੱਸੋ। ਮੈਂ ਹੱਥ ਜੋੜਨਾ ਆਪਦੇ ਪਿਓ ਦੀ ਪੱਗ ਬਚਾ ਲਓ, ਅਸਲੀ ਪਿਓ ਆਪਣੇ ਗੁਰੂ ਗ੍ਰੰਥ ਸਾਹਿਬ ਨੇ ਗਿਣਿਆ ਵੀ ਪਿਓਆਂ ਦੀ ਬੇਅਦਬੀ ਹੋਵੇ ਉਹਦੀ ਪੱਗ ਲਾਹੇ ਕੋਈ, ਫਿਰ ਤੁਸੀਂ ਘਰੇ ਬਹਿ ਜਾਣੇ ਹੋ, ਫਿਰ ਅਗਲੇ ਦਾ ਕਤਲ ਕਰਨ ਤੱਕ ਜਾਂਦੇ ਹੋ,
असली प्यो की बेअदबी सानू दिख नहीं रही। तो मैं हाथ जोड़ के बेनती करदा जिन्ना जोगा भी मेरा भैन भाई हैगा तां इत्थे आके साथ देवे, जे नहीं साथ देना तां मेरे वीर 16 तरीक नूं तमाशा जरूर देख लिओ। होर दसो जसवीर भाई की हुक्म है? जी जी शुक्रिया तुहाडे नाल, असीं तुहाडे हालातां बारे तुहाडी मंग बारे जिहड़ी है गलबात करना चाहुंदे सीगे। असीं सरकार अगे वी जिहड़े हैगे तुहाडी मंग नूं इस गल नूं जिहड़ा रखण दी कोशिश करांगे और पंथ तक भी तुहाडी जिहड़ी आवाज़ है तुहाडी इस मोर्चे की जिहड़ी जिहड़ी रीझ है जो तुहाडी मंग है जो तुहाडा इस पिछे वजह है कारण है वह सिख संगत तक भी जिहड़ी हैगी पहुँचाउण दी जिहड़ी हैगी असीं कोशिश कर रहे हैं। तुसीं असीं फिर आखिर तो अपील ये तुहानूं भी करदे वी कोई भी अजिहा राह जिहड़ा हैगा कदम अजिहा ना चुकिया जाए जिस दे नाल तुहाडी जान माल नूं खतरा जां तुहाडे परिवार नूं जिहड़ा हैगा कोई उस तरह का नुकसान पहुंचे। कानूनी तौर दे उत्ते जिहड़ा कि तुसीं मंग कर रहे हो, मंग करना कानून तो कानूनी तौर ते शांतमई तरीके दे नाल जिहड़ा मंग करना वह बिल्कुल इहदे विच कोई जिहड़ी हैगी है गलत कदम नहीं हुंदा। प्रशासन नाल वी असीं गल करन दी कोशिश जरूर करांगे, असीं परसों इत्थे पहुंचण दी कोशिश करांगे। प्रशासन जिहड़ा हैगा तुहाडे इस प्रदर्शन दे उत्ते किस तरह दी तैयारी दे विच है कि तुहाडा जिहड़ा कोई नुकसान जां इस तरह दा कोई ना हो सके। शुक्रिया जी तुसीं इस मोर्चा बिक गया, ए मोर्चे आले डरके थले उतर गए जा ए बिके भज गए, ए नामोशी नहीं तुहानू देवांगे। ਸੋਨੂੰ ਚੜ੍ਹਦੀ ਕਲਾ ਦਾ ਸੰਦੇਸ਼ ਹੀ ਮਿਲੂਗਾ ਇਸ ਮੋਰਚੇ ਦੇ ਵਿੱਚੋਂ। ਮੈਂ ਸਰੀਰ ਮੈਨੂੰ ਹੁਣ ਪਤਾ ਲੱਗਿਆ ਮੇਰੀ ਸ਼ਹਾਦਤ ਤੋਂ ਬਾਅਦ 5 ਸਿੰਘ ਹੋਰ ਤਿਆਰ ਹੋ ਗਏ ਸ਼ਹਾਦਤ ਦੇਣ ਨੂੰ। ਬਾਈ ਜੀ ਇੱਥੇ ਸਿਰਾਂ ਦੇ ਮੁੱਲ ਪੈ ਰਹੇ ਨੇ, ਇੱਥੇ ਗੁਰੂ ਅਸੀਂ ਬਲਟ ਨੂੰ ਇਹ ਦਿਖਾਵਾਂਗੇ, ਬਲਟ ਨੂੰ ਇਹ ਦਿਖਾਵਾਂਗੇ ਵੀ ਸਾਨੂੰ ਗੁਰੂ ਪਿਆਰਾ, ਆਪਦੀਆਂ ਦੇਹਾਂ ਪਿਆਰੀਆਂ ਨਹੀਂ। ਤੁਸੀਂ ਇਹ ਨਾ ਸੋਚੋ ਮੇਰੇ ਇਕੱਲੇ ਦੇ ਜਾਣ ਨਾਲ ਇਹ ਮੁੱਕ ਗਿਆ ਮੋਰਚਾ। ਅਸਲ ਮੋਰਚਾ ਤਾਂ ਫਿਰ 16 ਤਰੀਕ ਤੋਂ ਸਟਾਰਟ ਹੋਊਗਾ, ਜਦੋਂ ਮੇਰੀ ਮੌਤ ਹੁੰਦੀ ਹੈ ਤਾਂ 5 ਸਿੰਘ ਹੋਰ ਤਿਆਰ ਨੇ, ਫਿਰ 5 ਤੋਂ ਬਾਅਦ ਹੋਰ ਡਬਲ ਹੁੰਦੀ ਜਾਊਗੀ ਗਿਣਤੀ, ਇੱਥੇ ਸਿਰਾਂ ਦੇ ਲੈਣ ਲੱਗੂਗੀ ਸਿਰਾਂ ਦੀ ਲੈਣ, ਜਾਂ ਗੁਰੂ ਦਾ ਸਤਿਕਾਰ ਬਹਾਲ ਕਰਾਵਾਂਗੇ ਜਾਂ ਸ਼ਹਾਦਤਾਂ ਪਾ ਕੇ ਗੁਰੂ ਦੇ ਚਰਨਾਂ 'ਚ ਜਾਵਾਂਗੇ। ਪਰ ਇੱਥੇ ਇਹ ਕੋਈ ਸ਼ੱਕ ਨਾ ਕਰੇ ਵੀ ਇਹ ਬਕਿਆਊ ਜਾਂ ਲੀਡਰ ਬਣਨ ਵਾਸਤੇ ਬੈਠੇ ਨੇ, ਉਹ ਭਾਈ ਅਸੀਂ ਦੋਗਲੇ ਨਹੀਂ ਬਣ ਸਕਦੇ, ਅਸੀਂ ਗੁਰੂ ਦੇ ਸਿੱਖ ਬਣ ਜਾਈਏ ਨਾ ਸੱਚੇ, ਸਾਨੂੰ ਉਹੀ ਬਹੁਤ ਹੈ। ਲੀਡਰ ਬਣਨ ਵਾਸਤੇ ਦੋਗਲਾਪਣ ਆਪਣੇ ਆਪ ਦੇ ਵਿੱਚ ਵਾੜਨਾ ਪੈਂਦਾ, ਉਹ ਅਸੀਂ ਨਹੀਂ ਬਣ ਸਕਦੇ, ਅਸੀਂ ਆਪਦੇ ਗੁਰੂ ਦੇ ਸਿੱਖ ਬਣ ਜਾਈਏ ਸੱਚੇ, ਉਹੀ ਸਾਨੂੰ ਬਹੁਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।